ਹਾਂਜੀ ਗਾਇਸ, ਅੱਜ ਆਈ ਸੋਮਵਾਰ ਤਾਂ ਜਿਵੇਂ ਕਿ ਤੁਸੀਂ ਜਾਣਦੇ ਮੈਂ ਰੈਗੂਲਰ ਵਲੋਗ ਤਾਂ ਪਾ ਰਿਹਾ, ਪਰ ਅੱਜ ਵਲੋਗ ਨਹੀਂ ਪਾਇਆ। ਕਾਰਨ ਇਹ ਕਿ ਕੱਲ੍ਹ ਵਾਲਾ ਐਡਿਟ ਨਹੀਂ ਹੋਇਆ ਸੀ, ਮੈਂ ਛੇਤੀ ਸੋ ਗਿਆ ਸੀ ਥੋੜ੍ਹਾ, ਸੋ ਤਾਂ ਕਰਕੇ। ਅਤੇ ਗਾਇਸ, ਫਿਰ ਮੈਂ ਤੁਹਾਨੂੰ ਦੱਸਦਾ ਕਿ ਮੈਂ ਕੀਤਾ ਪਲੈਨ, ਸਰਪ੍ਰਾਈਜ਼ ਪਲੈਨ ਘਰਦਿਆਂ ਲਈ। ਜਿਵੇਂ ਕਿ ਤੁਹਾਨੂੰ ਪਤਾ ਅੱਜ 9 ਤਰੀਕ ਹੋ ਗਈ ਹੈ ਅਤੇ ਮੈਨੂੰ ਤਨਖਾਹ ਮਿਲ ਚੁੱਕੀ ਹੈ, ਅੱਜ ਹੀ ਮਿਲੀ, ਮਤਲਬ ਥੋੜ੍ਹੀ ਦਿਨ ਪਹਿਲਾਂ ਹੀ ਮਿਲੀ ਮੈਨੂੰ, 5-10 ਮਿੰਟ ਪਹਿਲਾਂ। ਮੈਂ ਖਿੜਿਆ ਪਿਆ ਉਸੇ ਕਰਕੇ। ਅਤੇ ਹੁਣ ਇੱਦਾਂ ਕਿ ਗਾਇਸ, ਸੈਚਰਡੇ ਜਿਹੜਾ ਲੰਘ ਗਿਆ, ਸੈਚਰਡੇ ਮੇਰੇ ਦਿਮਾਗ 'ਚ ਕੁਛ ਆਇਆ ਕਿ ਹਾਂਜੀ ਸੈਚਰਡੇ ਜਿਹੜਾ ਲੰਘ ਗਿਆ, ਉਸ ਦਿਨ ਮੈਂ ਸੋਚਿਆ ਕਿ ਹਾਂਜੀ ਵੀ ਮੈਨੂੰ ਪਤਾ ਲੱਗਾ ਕਿ ਸੈਲਰੀ ਮੇਰੇ ਅਕਾਊਂਟ 'ਚ ਪਾ ਦਿੱਤੀ ਜਾਵੇਗੀ, ਪਰ ਉਹ ਸੈਟਰਡੇ ਸੰਡੇ ਔਫ ਕਰਕੇ ਨਹੀਂ ਪਈ, ਜਿਹਦੇ ਕਰਕੇ ਅੱਜ ਮੰਡੇ 'ਤੇ ਅੱਜ ਪੈ ਰਹੀ ਹੈ ਸੈਲਰੀ, ਮਤਲਬ ਪੈ ਗਈ ਹੈ ਹੁਣ। ਅਤੇ ਮੈਂ ਕੁਛ ਸੋਚਿਆ ਸੀ ਘਰ ਸਰਪ੍ਰਾਈਜ਼ ਦੇਣ ਬਾਰੇ, ਅਤੇ ਉਹ ਸਰਪ੍ਰਾਈਜ਼ ਹੁਣ ਸੈਲਰੀ ਆ ਗਈ, ਮੈਂ ਹੈਗਾ ਖਰਚੀਲਾ ਬੰਦਾ, ਪੈਸੇ ਖਰਚਣ ਦੀ ਆਦਤ ਆ। ਅੱਗੇ ਮੈਂ ਤੁਹਾਨੂੰ ਤੁਸੀਂ ਦੇਖਿਆ ਮੇਰੇ ਕੋਲ ਆਹ ਤੀਜੀਆਂ ਨੇ ਕਹੀ ਆ, ਚੌਥੀ ਬੈਚ ਪਈ ਆ, ਇੰਨੀ ਐਨਕਾਂ ਕਿ ਹਰ ਸੈਲਰੀ 'ਤੇ ਮੈਂ ਖਰਚਾ ਕਰਦਾ ਹੀ ਕਰਦਾ ਸੀ ਆਪਣੇ 'ਤੇ, ਆਦਤ ਸੀ ਮਾੜੀ ਆਦਤ ਆ ਮੈਨੂੰ ਖਰਚ ਕਰਨ ਦੀ। ਅਤੇ ਹੁਣ ਇੱਥੇ ਆਪਣੇ 'ਤੇ ਚਲੋ ਕੀ ਖਰਚਾ ਕਰਨਾ, ਹੈ ਨਾ, ਮੈਂ ਬਹੁਤ ਕੁਛ ਮੇਰੇ ਕੋਲ ਆਪਣੀ ਮਿਹਨਤ ਜਮਦਾ ਜੀ, ਅਤੇ ਆਪਾਂ ਖਰਚਾ ਕੀਤਾ ਘਰ 'ਤੇ ਥੋੜ੍ਹਾ ਜਿਹਾ। ਇੱਕ ਸਰਪ੍ਰਾਈਜ਼ ਚੀਜ਼ ਦੀ ਮੈਂ ਗੱਲ ਕੀਤੀ ਸੀ ਇੱਕ ਆਪਣੇ ਬੜੇ ਵਧੀਆ ਬੰਦੇ ਨਾਲ, ਬੰਦਾ ਕੀ ਯਾਰ ਆਪਣਾ ਕਾਕਾ ਬਾਈ ਹੈ ਯਾਰ, ਨਾਲ ਨਾ ਇਹਦੇ ਨਾਲ ਫਿਰ ਕੀ, ਕਾਕੇ ਮੇਰਾ ਸਾਰਿਆਂ ਨੂੰ ਪਤਾ ਹੈ ਮੈਂ ਜਲੰਧਰ ਦੇ ਹਾਂ ਉਹਨਾਂ ਕੋਲ, ਅਤੇ ਉਹਨਾਂ ਨੇ ਮੈਂ ਮੈਸੇਜ ਕੀਤਾ ਸੀ ਕਿ ਹਾਂਜੀ ਬਾਈ ਇੱਦਾਂ ਹੈ ਕਿ ਸਰਪ੍ਰਾਈਜ਼ ਆ, ਇੱਦਾਂ ਇੱਦਾਂ ਪਲੈਨ ਕੀਤਾ ਮੈਂ, ਅਤੇ ਇੱਦਾਂ ਇੱਦਾਂ ਭੇਜਣਾ ਹੈਗਾ ਅਤੇ ਭੇਜ ਦਿਓ, ਠੀਕ ਹੈ। ਅਤੇ ਉਹ ਕਹਿੰਦੇ ਠੀਕ ਹੈ ਡਨ ਹੈ, ਉਹ ਕਹਿੰਦੇ ਮੈਂ ਕਨਫਰਮ ਕਰਕੇ ਦੱਸਦਾ। ਪਹਿਲਾਂ ਮੈਂ ਵੀ ਗੱਲ ਹੀ ਕੀਤੀ ਸੀ, ਮੇਰੇ ਕੋਲ ਹਲੇ ਪੈਸੇ ਹੈ ਨਹੀਂ ਸੀਗੇ, ਮੈਂ ਕਿਹਾ ਕਿ ਪੁੱਛੀ, ਉਹ ਕਹਿੰਦੇ ਕਨਫਰਮ ਕਰਕੇ ਦੱਸਦਾ। ਫਿਰ ਅੱਜ ਫਿਰ ਮੇਰੀ ਗੱਲ ਹੋਈ, ਫਿਰ ਅੱਜ ਮੈਂ ਸਵੇਰੇ ਉਹਨਾਂ ਨੇ ਮੋਰਨਿੰਗ ਕਿਹਾ ਕਿ ਹਾਂਜੀ ਕਿੱਦਾਂ ਕਨਫਰਮ ਹੋਇਆ, ਉਹਨਾਂ ਨੇ ਫਿਰ ਬਾਕੀ ਸਾਰਾ ਕੁਛ ਪ੍ਰਾਈਜ਼ ਵਗੈਰਾ ਜਾਂ ਉੱਦਾਂ ਕੁਆਲਿਟੀ ਵਗੈਰਾ ਸਭ ਕੁਛ ਕਨਫਰਮ ਕਰਕੇ ਅੱਜ ਮੈਨੂੰ ਦੱਸਿਆ। ਫਿਰ ਇਹ ਸੀਗਾ ਕਿ ਹੁਣ ਘਰ ਕਦੋਂ ਪਹੁੰਚੇਗੀ, ਇਹ ਵਗੈਰਾ ਕਨਫਰਮ ਕਰਨਾ ਸੀਗਾ, ਇਹ ਵੀ ਉਹਨਾਂ ਨੇ ਅੱਜ ਕਨਫਰਮ ਕਰਨਾ ਸੀ। ਅਤੇ ਹੁਣ 5 ਮਿੰਟ ਪਹਿਲਾਂ ਜਦੋਂ ਮੇਰੇ ਅਕਾਊਂਟ 'ਚ ਸੈਲਰੀ ਡਿੱਗੀ, ਨਾਲ ਹੀ ਆਪਾਂ ਪੇਮੈਂਟ ਕਰਤੀ ਕਿ ਪੇਮੈਂਟ ਹੋ ਗਈ ਡਨ, ਕਦੇ ਭੇਜ ਦੋ ਸਮਾਨ ਆਪਣਾ, ਅਤੇ ਮਤਲਬ ਆਪਾਂ ਕਦੜੀ ਖੁਸ਼। ਅਤੇ ਇਹ ਵੀਡੀਓ ਦੇਖ ਕੇ ਮਤਲਬ ਬੜਾ ਵਧੀਆ ਲੱਗੇਗਾ, ਮੇਰੇ ਤਾਂ ਲੱਗੇਗਾ ਹੀ, ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਵਧੀਆ ਲੱਗੇਗਾ, ਬਹੁਤ ਖੁਸ਼ੀ ਵਾਲੀ ਗੱਲ ਹੈ ਇਹ। ਮੈਂ ਮੰਨਿਆ ਖਰਚੀ ਲਿਆ ਪੈਸੇ ਖਰਚਣ ਦੀ ਆਦਤ ਆ, ਉਹ ਫਿਰ ਕੀ ਯਾਰ ਖਰਚੋ, ਪੈਸੇ ਖਰਚਣ ਨੂੰ ਹੁੰਦੇ ਆ, ਹੈ ਨਾ ਬਈ, ਉਹਦਾ ਵੀ ਫਿਰ ਸਾਂਭ ਸਾਂਭ ਰੱਖੀ ਹੋ। ਪੇਮੈਂਟ ਆਪਾਂ ਹੁਣੇ ਕਰ ਚੁੱਕੇ ਹਾਂ, ਅਤੇ ਔਡਰ ਵੀ ਹੋ ਚੁੱਕਿਆ, ਸਭ ਕੁਛ ਹੋ ਚੁੱਕਿਆ, ਬਸ ਹੁਣ ਡਿਲੀਵਰੀ ਦਾ ਵੇਟ ਹੈ ਕਦੋਂ ਮਾਲ ਡਿਲੀਵਰ ਹੋਵੇ, ਅਤੇ ਜੋ ਵੀ ਮਤਲਬ ਘਰ ਪਹੁੰਚੇਗਾ ਮਾਤਾ ਦਾ ਰਿਐਕਸ਼ਨ, ਦੀਪ ਦਾ ਰਿਐਕਸ਼ਨ ਦੇਖਣਾ, ਉਸ ਚੀਜ਼ ਇੱਦਾਂ ਹੀ ਆ। ਚੱਕਰ ਇਹ ਪੈ ਗਿਆ, ਜੋ ਚੀਜ਼ ਮੈਂ ਪਲੈਨ ਕੀਤੀ ਸੋਚੀ ਕਿ ਹਾਂ ਭੇਜਣੀ ਆ, ਉਹ ਸੇਮ ਚੀਜ਼ ਲਈ ਮੈਨੂੰ ਅੱਜ ਕਾਲ ਆਈ ਦੀਪਿਕਾ ਦੀ ਕਿ ਹਾਂ ਮੈਂ ਮੰਮੀ ਨੂੰ ਐਡਵਾਈਸ ਦੇ ਰਹੀ ਹਾਂ ਕਿ ਮੰਮੀ ਕਿ ਅਮਿਤ ਦੀ ਨੈਕਸਟ ਮੰਥ ਸੈਲਰੀ ਆਊਗੀ, ਨੈਕਸਟ ਮੰਥ ਉਹ ਸੋਚ ਰਹੇ ਕਿ ਨੈਕਸਟ ਮੰਥ ਸੈਲਰੀ ਆਊਗੀ ਅਤੇ ਆਪਾਂ ਆਹ ਚੀਜ਼ ਪਰਚੇਜ਼ ਕਰਦੇ ਹਾਂ, ਅਤੇ ਮੰਮੀ ਕਹਿੰਦੇ ਇੰਸਟਾਲਮੈਂਟ 'ਤੇ ਕਰਨੀ ਆ ਵਗੈਰਾ ਵਗੈਰਾ, ਬਟ ਮੈਨੂੰ ਤਾਂ ਪਤਾ ਹੀ ਹੈ ਤੁਹਾਨੂੰ ਆਤਾ ਬੜੀ ਹੋਈ ਨੂੰ, ਕੱਲ੍ਹ ਕਦੇ ਸੋ, ਅੱਜ ਕਰ, ਅੱਜ ਕਦੇ ਸੋ, ਆਪਾਂ ਕਰ ਚੁੱਕੇ ਹਾਂ। ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਔਡਰ ਕਰਤਾ, ਹੁਣ ਔਡਰ ਕਰਤਾ, ਘਰ ਪਹੁੰਚ ਜਾਣਾ ਸਮਾਨ। ਅਤੇ ਇਹ ਦੇਖੋ ਮੈਂ ਸਾਰੀ ਪਲੈਨਿੰਗ ਮੇਰੀ ਇੱਦਾਂ, ਕਾਕੇ ਬਾਈ ਆਪਣੇ ਯੂਨੀਕੋਮ ਕੰਪਨੀ 'ਚ ਜੋ ਚੀਜ਼ ਆ, ਫੋਨ ਕੁਛ ਵੀ, ਆਪਾਂ ਸਾਰਾ ਕੁਛ ਇੱਥੇ ਬੈਠੇ ਬੈਠੇ ਘਰ ਭੇਜ ਸਕਦੇ, ਕੋਈ ਟੈਨਸ਼ਨ ਨਹੀਂ ਆਪਾਂ ਨੂੰ। ਅਤੇ ਕਾਕੇ ਬਾਈ ਨੂੰ ਫੋਨ ਕਰਤਾ ਸੀ ਅਤੇ ਉਹਨਾਂ ਨੇ ਘਰ ਭੇਜ ਦੇਣੀ ਹੈ ਚੀਜ਼, ਉੱਦਾਂ ਤਾਂ ਪੇਮੈਂਟ ਦਾ ਵੀ ਮੈਂ ਕਿਹਾ ਸੀ, ਮੈਂ ਕਿਹਾ ਮੈਂ ਉਹਨਾਂ ਨੂੰ ਮੋਰਨਿੰਗ ਕਿਹਾ, ਮੈਂ ਕਿਹਾ ਬਾਈ ਪੇਮੈਂਟ ਆ ਨਹੀਂ ਮੇਰੇ ਕੋਲ, ਤੁਸੀਂ ਭੇਜ ਦਿਓ ਪੇਮੈਂਟ ਹੋ ਜੂਗੀ। ਕਹਿੰਦੇ ਕੋਈ ਗੱਲ ਨਹੀਂ ਪੇਮੈਂਟ ਕਰ ਦਾਂਗੇ ਬਾਅਦ 'ਚ, ਟੈਨਸ਼ਨ ਲੈ ਕੇ ਨਹੀਂ, ਤੂੰ ਭੇਜ ਦੇ ਕਦੇ, ਆਪਾਂ ਵੀ ਫਿਰ
ਇਹਨੂੰ ਡਨ ਸਵੇਰੇ ਗੱਲ ਕੀਤੀ ਆ, ਦੁਪਹਿਰੇ ਆਪਣੇ ਕੋਲ ਆਈ ਆ ਪੇਮੈਂਟ ਅਤੇ ਆਪਾਂ ਪੇਮੈਂਟ ਵੀ ਕਰਤੀ ਆ। ਵਾਹ, ਮੈਨੂੰ ਖੁਸ਼ੀ ਬੜੀ ਹੋ ਰਹੀ। ਅਤੇ ਹੁਣ ਇਹ ਆ ਕਿ ਘਰ ਦਾ ਐਡਰੈਸ ਤਾਂ ਸਾਡੇ ਪ੍ਰੋਪਰ ਹੈ ਨੀਗਾ, ਘਰ ਨੰਬਰ ਹੈ ਨੀਗਾ, ਅਤੇ ਫੋਨ ਨੰਬਰ ਵੀ ਮੈਂ ਦੇਣਾ ਸੀਗਾ ਘਰ ਕਿਸੇ ਦਾ, ਨਾ ਦੀਪਿਕਾ ਦਾ ਨਾ ਮੰਮੀ ਦਾ, ਕਿਉਂਕਿ ਜੇ ਉਹਨਾਂ ਨੂੰ ਦੇ ਤਾ ਸਰਪ੍ਰਾਈਜ਼ ਕੀ ਫਿਰ। ਫਿਰ ਹੁਣ ਮੈਂ ਕਿਹਾ ਕਿ ਇਹਦੇ ਲਈ ਆਪਾਂ, ਮੈਂ ਰਿਦਮ ਨੂੰ ਕਾਲ ਕੀਤੀ ਕਿ ਹਾਂ, ਰਿਦਮ ਨਾਲ ਗੱਲ ਕੀਤੀ ਕਿ ਹਾਂ ਵੀ ਰਿਦਮ ਇੱਦਾਂ ਇੱਦਾਂ ਗੱਲ ਆ, ਘਰ ਭੇਜਣਾ ਕੁਛ, ਅਤੇ ਉਹ ਤੂੰ ਨਾ ਮਤਲਬ ਸਾਡੇ ਲਾਗੇ ਹੈਗਾ ਇੱਕ ਜਗ੍ਹਾ ਮਨਜੀਤ ਹੋਸਪਿਟਲ ਲਾਗੇ ਸਾਡੇ, ਮੈਂ ਕਿਹਾ ਮਨਜੀਤ ਹੋਸਪਿਟਲ ਲਾਗੇ ਬੰਦਾ ਆਜੂਗਾ ਲੈ ਕੇ, ਤੂੰ ਉਹਨੂੰ ਬਸ ਘਰ ਤੱਕ ਦਾ ਰਸਤਾ ਦਿਖਾਉਣਾ ਆ, ਅਤੇ ਇੱਕ ਉਹਨੂੰ ਕਿਹਾ ਰਿਐਕਸ਼ਨ ਰਿਕਾਰਡ ਕਰਨਾ ਘਰਦਿਆਂ ਦਾ, ਫਿਰ ਰਿਦਮ ਉੱਥੋਂ ਵੀਡੀਓ ਇੰਡੀਆ ਤੋਂ ਬਣਾ ਕੇ ਮੈਨੂੰ ਭੇਜੇਗਾ, ਫਿਰ ਮੈਂ ਉਹ ਇਹ 'ਚ ਐਡਿਟ ਕਰਕੇ ਪਾਵਾਂਗਾ, ਫਿਰ ਪੋਸਟ ਕਰਾਂਗਾ। ਸੋ ਗਾਇਸ, ਦੇਖਦੇ ਹੁਣ ਕਦੋਂ ਪਹੁੰਚਦੀ ਆ, ਅਤੇ ਕਦੋਂ ਹਾਂਜੀ ਤਾਂ ਵੀਡੀਓ ਬਣਾ ਕੇ ਮੈਨੂੰ ਭੇਜਦਾ ਆ, ਬਹੁਤ ਖੁਸ਼ੀ ਹੋ ਰਹੀ। ਪਰ ਗਾਇਸ ਇਹ ਆ ਕਿ ਮੇਰੀ ਸੈਲਰੀ ਆਈ, ਮੈਂ ਮੰਨ ਲਓ ਅੱਧਾ ਘੰਟਾ ਵੀਡੀਓ ਆਉਣਾ ਸੈਲਰੀ ਆਈ, ਮੇਰੇ ਅਕਾਊਂਟ 'ਚ ਸਿਰਫ 700 ਰੁਪਈਆ ਰਹਿ ਗਿਆ। ਮੈਂ ਸੋਚਿਆ ਪਹਿਲਾਂ ਤਾਂ ਮੈਨੂੰ ਬੜਾ ਸੀ, ਮੈਂ ਨਾ ਸੋਚਿਆ ਕਿ ਹਾਂ ਕਹਾਂਗੀ ਹਾਂਜੀ, ਬਾਕੀ ਹੋਰ ਮਤਲਬ 2-4 ਜਣੇ ਉਹਨਾਂ ਨੂੰ ਕਹਾਂਗੀ ਹਾਂਜੀ ਆ ਲਓ ਪਾਰਟੀ ਕਰ ਲਓ ਖਾ ਪੀ ਲਓ, ਪਰ ਹੁਣ ਮੇਰੇ ਅਕਾਊਂਟ 'ਚ ਸਿਰਫ 700 ਰੁਪਈਆ, 1100 ਰੁਪਏ ਵਾਲਾ ਅਕਾਊਂਟ ਕਿ 1100 ਤੋਂ ਥੱਲੇ ਹੋਇਆ ਤਾਂ ਬੈਂਕ ਵਾਲਿਆਂ ਨੇ ਘੱਟ ਲੈਣੇ ਪੈਸੇ, 700 ਰਹਿ ਗਏ। ਮੈਨੂੰ ਸਮਝ ਨਹੀਂ ਆਉਂਦੀ ਯਾਰ ਐਡੀ ਛੇਤੀ ਖਰਚ ਹੋ ਗਿਆ, ਸੋਹਣ ਲੱਗੇ ਮੈਂ ਸੋਚਿਆ ਨਹੀਂ ਸੀ ਐਡੀ ਛੇਤੀ ਖਰਚ ਹੋਊਗਾ, ਹਾਲਾਂਕਿ ਘਰ ਨਹੀਂ ਭੇਜੇ ਮੈਨੇ ਪੈਸੇ, ਘਰ ਦੇ ਮੈਨੂੰ ਕਹਿੰਦੇ ਕਿ ਆਪਦੇ ਖਰਚੇ ਲਈ ਰੱਖ ਲਿਆ ਤੂੰ, ਆਪਣੇ 1,00,000 ਤੇਰੇ ਕੋਲ ਹੋਣੇ ਚਾਹੀਦੇ ਆ, ਹੁਣ ਅਕਾਊਂਟ ਮੇਰਾ ਖਾਲੀ ਹੈ, ਇਸ ਮੰਥ ਦਾ ਖਰਚਾ ਤਾਂ ਚਲੋ ਹੋ ਹੀ ਜਾਣਾ, ਚਲੋ ਕੀ ਕਰ ਸਕਦੇ ਅਕਾਊਂਟ ਖਾਲੀ ਹੋ ਚੁੱਕਾ, ਪਰ ਮੈਨੂੰ ਵਧੀਆ ਲੱਗ ਰਿਹਾ ਅਕਾਊਂਟ ਖਾਲੀ ਕਰ। ਇਸ ਹਾਂ ਇਸ ਕਰਕੇ ਮੇਰੀ ਪੈਪਸੀ ਦੀ ਸੈਲਰੀ ਮੇਰੇ ਕੋਲ ਕਦੀ ਨਹੀਂ ਟਿਕੀ, ਜਿਸ ਦਿਨ ਸੈਲਰੀ ਆਈ ਉਸੇ ਦਿਨ ਮੈਂ ਪਹਿਲਾਂ ਤਾਂ ਜਿਹੜੇ ਪੈਸੇ ਦੇਣੇ ਆ ਉਧਾਰ ਲਏ ਆ ਉਹ ਰਿਟਰਨ ਕਰ ਦਿੰਦਾ ਹੁੰਦਾ, ਦੂਜੇ ਨੰਬਰ 'ਤੇ ਮੈਂ ਕਰਦਾ ਖਰਚੇ ਬਾਹਰ, ਫਿਰ ਤੀਜੇ ਨੰਬਰ 'ਤੇ ਘਰ ਵੀ ਜਿਹੜੇ ਹੁੰਦੇ ਉਹ ਬਚ ਦੇਣੀ, ਸੇਮ ਚੀਜ਼ ਹੋਣਾ ਹੀ, ਜਦੋਂ ਰਿਟਰਨ ਕਰਨੇ ਸੀ ਮੈਂ ਰਿਟਰਨ ਕਰਤੇ, ਨਹੀਂ ਮਤਲਬ ਹਾਲੇ ਕਾਫੀ ਜਣੇ ਲੈਂਦੇ ਆ, ਮੋਟਾ ਮੋਟਾ 3 ਜਣਿਆਂ ਦੇ ਪੈਸੇ ਰਿਟਰਨ ਕੀਤੇ ਹਜੇ ਮੈਂ, ਅਤੇ ਹਜੇ ਲੈਂਦੇ ਤਾਂ ਕਾਫੀ ਜਣਿਆਂ ਦੇ ਆ, ਕਾਫੀ ਤਾਂ ਕੀ ਲੱਭੇ ਦੇ ਤਾਂ ਪਤਾ ਹੀ ਆ ਉਹਦੇ ਤਾਂ ਇੱਥੇ ਦੇ ਥੋੜ੍ਹੇ ਬਹੁਤੇ ਜਾਣੇ, ਜਾਂ ਮਠੂਤ ਫਾਈਨਾਂਸ ਵਾਲੇ ਹੋ ਗਏ ਗੋਲਡ ਲੋਨ ਜਿੰਨਾ ਭੁੱਲਿਆ ਸੀ, ਹੋਰ ਥੋੜ੍ਹੇ ਬਹੁਤੇ ਜਾਣੇ ਉਹਨਾਂ ਨੂੰ ਪੈਸੇ ਦੇਣੇ ਹਜੇ, ਬਾਕੀ 3 ਜਣੇ ਜਿਹੜੇ ਸੀਗੇ ਜਿਹੜੇ ਦਿਮਾਗ 'ਚ ਪਹਿਲਾਂ ਆਏ ਮੇਰੇ ਸਭ ਤੋਂ ਪਹਿਲਾਂ, ਜਿਹੜੇ ਐਟ ਏ ਟਾਈਮ ਖੜ੍ਹੇ ਸੀ ਕਿ ਹਾਂ ਐਨ ਐਟ ਏ ਟਾਈਮ, ਉਹਨਾਂ ਕੋਲ ਗਿਆ ਸੀ ਕਿ ਯਾਰ ਅੱਜ ਹੀ ਚਾਹੀਦੇ ਮੈਨੂੰ, ਹੁਣ ਹੀ ਚਾਹੀਦੇ, ਅਤੇ ਉਹਨਾਂ ਨੇ ਉਸ ਵੇਲੇ ਪੈਸੇ ਅਰੇਂਜ ਕਰਕੇ ਦੇ ਦਿੱਤੇ, ਅਰੇਂਜ ਕੀ ਉਹਨਾਂ ਕੋਲ ਸੀਗਾ ਉਹਨਾਂ ਨੇ ਦੇ ਦਿੱਤੇ, ਨਾ ਨਹੀਂ ਕੀਤੇ, ਮੈਂ ਕਿਹਾ ਅਗਲਿਆਂ ਨੇ ਐਟ ਏ ਟਾਈਮ ਦੇ ਦਿੱਤੇ, ਫਿਰ ਆਪਣੀ ਪਹਿਲਾ ਕੰਮ ਬਣਦਾ ਉਹਨਾਂ ਨੂੰ ਪਹਿਲਾਂ ਵਾਪਸ ਕਰਨ, ਆਪਾਂ ਉਹਨਾਂ ਨੂੰ ਵਾਪਸ ਕਰ ਦਿੱਤੇ ਆ। ਇੱਕ ਮੇਰਾ ਦੋਸਤ ਆ ਉਹਨੂੰ ਵੀ ਐਟ ਟਾਈਮ ਫੋਨ ਕੀਤਾ ਸੀਗਾ ਕਿ ਹਾਂ ਬਾਈ ਪੈਸੇ ਚਾਹੀਦੇ ਆ ਭੇਜ, ਉਹ ਕੋਲ ਜਿੰਨੇ ਸੀ ਉਹਨੇ ਭੇਜਤੇ, ਉਹਨੂੰ ਮੈਂ ਭੇਜਣੇ ਸੀ, ਸੋਚਿਆ ਸੀ ਹੁਣੀ ਭੇਜ ਦੂੰਗਾ, ਪਰ ਹੁਣ ਜਦੋਂ ਅਕਾਊਂਟ ਦੇਖਿਆ ਮੈਂ ਕਿਹਾ ਲੈ ਆਓ ਜੀ ਸ਼ਾਬਾ ਅਕਾਊਂਟ ਖਾਲੀ, ਅਤੇ ਉਹਨੂੰ ਹੁਣ ਮੈਂ ਮੈਸੇਜ ਕਰਾਂਗਾ ਯਾਰ ਬਾਈ ਅਗਲੇ ਮਹੀਨੇ ਦੇਖਾਂਗੇ, ਹੁਣ ਤੇਰੇ ਪੈਸੇ ਉਹਦੇ ਪੈਸੇ ਵੀ ਅਗਲੇ ਮਹੀਨੇ ਮੰਗਣੀ ਕਿ ਨਹੀਂ ਰੱਖੇ, ਹੁਣ ਆਦਤ ਤਾਂ ਖਰਚ ਨਹੀਂ, ਖਰਚ ਨੂੰ ਤਾਂ ਹੈਗੇ ਆਪਾਂ ਰੱਖੇ ਖਰਚ ਨੂੰ ਵੀ ਇੱਥੇ, ਉਹ ਵੀ 1-2 ਦਿਨ ਤਾਂ ਕੈਸ਼ ਮਿਲ ਜਾਣੀ ਮੈਨੂੰ, ਮੈਂ ਦਿਖਾਊਂਗਾ ਸ਼ਾਰਟ ਪਾਊਂਗਾ ਵੀਡੀਓ, ਨਹੀਂ ਤਾਂ ਇੱਥੇ ਵੀਡੀਓ ਆਹੀ ਵੀਡੀਓ ਦਿਖਾ ਲਾਂਗੇ, ਕੋਈ ਚੱਕ ਨਹੀਂ, ਪੈਸਾ ਹੈ ਹੀ ਬਹੁਤ ਆ ਵੇਖੋ, ਜਿੱਦਾਂ ਕਹੀ ਜੀ ਨਹੀਂ 100 ਲੱਗੇਗਾ ਇਸ ਬਹੁਤ ਪੈਸਾ।
ਨਹੀਂ ਨਹੀਂ ਵਿਆਹ ਕਰਦਾ ਨਹੀਂ ਵਿਆਹ ਨਹੀਂ ਸੀਰੀਅਸ ਤੁਸੀਂ ਕਹਿੰਦੇ ਨੇ ਪਾਗਲ ਹੀ ਆ ਕੋਈ ਚੱਕਰ ਨਹੀਂ ਮੈਂ ਬਹੁਤ ਖੁਸ਼ ਰਹਿੰਦਾ ਗਾ ਜਦੋਂ ਮੇਰੇ ਕੋਲ ਪੈਸਾ ਆ ਜਾਵੇ ਇਹ ਆ ਹਾਂ ਸੱਚ ਇਹ ਗੱਲ ਮੈਂ ਦੱਸਣੀ ਸੀ ਗਾਇਸ ਮੇਰੀ ਤਾਂ ਥਿੰਕਿੰਗ ਪਤਾ ਕੀ ਸੀ ਇੰਡੀਆ 'ਚ ਕਿ ਜਦੋਂ ਮਤਲਬ ਲੋਕ ਸ਼ਿਫਟਾਂ ਲਾਉਂਦੇ ਆ 16-16 ਘੰਟੇ 3 ਘੰਟੇ ਮੇਰਾ ਸੀਗਾ ਸ਼ਿਫਟਾਂ ਲਾਉਂਦੇ ਕੋਈ ਚੱਕਰ ਨਹੀਂ ਲਾਉਂਦੇ ਆ ਮੈਂ ਕਿਹਾ ਅਗਲਿਆਂ ਨੂੰ ਜਦੋਂ ਮਹੀਨੇ ਬਾਅਦ ਸੈਲਰੀ ਮਿਲਦੀ ਨਾ ਸਾਰੀ ਥਕਾਵਟ ਉੱਤਰ ਜਾਂਦੀ ਕਿ ਹਾਂ ਵੀ ਕੰਮ ਕੀਤਾ ਇੰਨਾ ਕੀਤਾ ਉੱਦਾਂ ਕੀਤਾ ਪੈਸੇ ਮਿਲ ਜਾਂਦੇ ਕਿ ਹਾਂ ਵੀ ਪੈਸੇ ਮਿਲੇ ਆ ਖੁਸ਼ ਦੂਰ ਦੇ ਸਾਰੀ ਥਕਾਵਟ ਦੂਰ ਅਤੇ ਮੈਂ ਐਗਰੀ ਹਾਂ ਗੱਲ ਤੋਂ ਸੈਲਰੀ ਮਿਲੀ ਵੀ ਸਾਰੀ ਥਕਾਵਟ ਦੂਰ ਆ ਮੈਂ ਟੈਨਸ਼ਨ ਫਰੀ ਹਾਂ ਬਿਲਕੁਲ ਚਿੱਲ ਆ ਪਰ ਜਿਹੜਾ ਸਭ ਤੋਂ ਪਹਿਲਾ ਮਹੀਨਾ ਹੁੰਦਾ ਨਾ ਸਭ ਤੋਂ ਪਹਿਲਾਂ ਜਿੱਦਾਂ ਕਿ ਮੇਰਾ ਗਿਆ ਡੇਢ ਮਹੀਨਾ ਹੋ ਗਿਆ ਮੈਨੂੰ ਇੱਥੇ ਆਏ ਨਾ ਪਰ ਸਿਰਫ ਮੈਨੂੰ ਥੋੜ੍ਹੇ ਦਿਨਾਂ ਦੇ ਪੈਸੇ ਮਿਲੇ ਆ ਕਿ ਪਹਿਲੇ 15 ਦਿਨ ਅਲਬਾਨੀਆ ਲਾਏ ਉਹਦੀ ਸੈਲਰੀ ਨਹੀਂ ਮਿਲੀ ਮੈਨੂੰ ਮੈਂ ਅੱਧੀ ਕੰਮ ਛੱਡਤਾ ਸੀ ਉੱਥੋਂ ਫਿਰ ਵਿਹਲਾ ਰਿਹਾ ਫਿਰ ਵਿਹਲੇ ਰਹਿ ਕੇ ਹਫ਼ਤਾ ਕੁ ਮੰਨ ਲਓ ਵਿਹਲਾ ਰਿਹਾ ਫਿਰ ਹਫ਼ਤੇ ਬਾਅਦ ਇੱਥੇ ਕੰਮ 'ਤੇ ਲੱਗਾ ਸੀਗਾ ਉਹ ਦਿਨਾਂ ਦੀ ਸੈਲਰੀ ਆਪਾਂ ਇੱਦਾਂ ਖਰਚੀ ਪਰ ਜਿਹੜੇ ਗਾਇਸ ਜਿਹੜਾ ਪਹਿਲਾ ਮਹੀਨਾ ਹੁੰਦਾ ਨਾ ਸੈਲਰੀ ਮਿਲਣ ਤੋਂ ਪਹਿਲਾਂ ਦਾ ਬੜਾ ਔਖਾ ਨਿਕਲਦਾ ਮਤਲਬ ਔਖਾ ਨਹੀਂ ਕਹਿ ਸਕਦੇ ਪਰ ਇਹ ਜਦੋਂ ਬੰਦਾ ਇੰਨਾ ਥੱਕ ਟੁੱਟ ਕੇ ਕੰਮ ਕਰਦਾ ਆਦਤ ਜਦ ਨਹੀਂ ਹੁੰਦੀ ਉਹਨੂੰ ਇਹ ਹੁੰਦਾ ਮੇਰਾ ਤਾਂ ਇਹ ਸੀ ਯਾਰ ਅੱਜ ਜਾਵਾਂ ਘਰ ਅੱਜ ਭੱਜ ਮੈਂ ਇੱਥੋਂ ਸੌਂ ਲੱਗੇ ਇੰਡੀਆ ਹੁੰਦਾ ਨਾ ਮੈਂ ਕਿਤੇ ਵੀ ਹੁੰਦਾ ਦਿੱਲੀ ਬੰਬੇ ਕਿਤੇ ਵੀ 2 ਦਿਨ ਨਹੀਂ ਟਿਕਣਾ ਸੀ ਮੈਂ ਭੱਜ ਜਾਣਾ ਸੀ ਨੂੰ ਮੈਂ ਵਾਪਸ ਹੁਣ ਇੱਥੋਂ ਪਤਾ ਨਾ 1,00,000 ਰੁਪਇਆ ਲਾਉਣਾ ਪੈਣਾ ਟਿਕਟ ਲੈਣੀ ਪੈਣੀ ਫਲਾਈਟ 'ਚ ਜਾਣਾ ਪੈਣਾ 2 ਦਿਨ ਲਾਉਣੇ ਪੈਣੇ ਪਾਗਲ ਸੁਣੀਏ ਯਾਰ ਇੰਨੇ ਪੈਸੇ ਲਾ ਕੇ ਆਇਆ ਇਸ ਕਰਕੇ ਮੈਂ ਟਿਕਿਆ ਮੈਂ ਸੌਣ ਲੱਗੀ ਮੈਂ ਘਰ ਵੀ ਫੋਨ ਕੀਤੇ ਮੈਂ ਕਿਹਾ ਜੇ ਮੈਂ ਪੈਸੇ ਉਧਾਰ ਲੈ ਕੇ ਨਾ ਆਇਆ ਹੁੰਦਾ ਹੁਣ ਮੈਂ ਘਰ ਵਾਪਸ ਬੈਠਾ ਹੋਣਾ ਸੀ ਚਲੋ ਰੱਬ ਦੀ ਮਿਹਰ ਹੈ ਕੀ ਹਿੰਮਤ ਹੈਗੀ ਆਪਣੇ 'ਚ ਕੰਮ ਕਰਦੇ ਪਏ ਆਪਾਂ ਅਤੇ ਪਹਿਲਾ ਮਹੀਨਾ ਬਹੁਤ ਔਖਾ ਨਿਕਲਦਾ ਗਾ ਸ਼ਿਫਟਾਂ ਨਹੀਂ ਲੱਗਦੀਆਂ ਪਹਿਲੇ ਮਹੀਨੇ ਬੰਦੇ ਕੋਲੋਂ ਥੱਕ ਜਾਂਦਾ ਬੰਦਾ ਜਦੋਂ ਆਪਦੀ ਰੋਟੀ ਬਣਾਉਣੀ ਪੈਂਦੀ ਵਗੈਰਾ ਵਗੈਰਾ ਬਹੁਤ ਸੋਚਦਾ ਬਹੁਤ ਟੈਨਸ਼ਨ ਪੈਂਦੀ ਦਿਮਾਗ ਖਰਾਬ ਹੋ ਜਾਂਦਾ ਗੁੱਸਾ ਬਹੁਤ ਚੜ੍ਹਦਾ ਪਰ ਆਪਾਂ ਪੰਡਤ ਬੰਦੇ ਬਾਹਮਣ ਹੈਗੇ ਹਾਂ ਸ਼ਾਂਤ ਸੁਭਾਅ ਦੇ ਚਿੱਲ ਮਾਰੀ ਦਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕੰਮ ਕਰਨਾ ਬਹੁਤ ਔਖਾ ਲੱਗਦਾ ਸੀ ਨਹੀਂ ਲੱਗਦਾ ਸੀ ਇੰਨਾ ਔਖਾ ਕੰਮ ਕਦੇ ਕੀਤਾ ਨਹੀਂ ਖੇਤੀਬਾੜੀ ਲੱਕ ਬਹੁਤ ਦੁਖਿਆ ਮੇਰਾ ਪਹਿਲਾਂ ਮੈਨੂੰ ਫਿਰ ਮੇਰਾ ਠੀਕ ਹੋਣ ਲੱਗ ਪਿਆ ਫਿਰ ਮੇਰਾ ਕਾਫੀ ਚਾਹੀਦੀ ਅੱਜ ਗਾਇਸ ਮੇਰਾ ਕਾਫੀ ਲੱਕ ਦੁਖਿਆ ਸਵੇਰੇ ਫਿਰ ਹੁਣ ਸੈਲਰੀ ਹੈਗੀ ਹੁਣ ਮੈਂ ਥਕਾਵਟ ਦੂਰ ਆ ਦੁਪਹਿਰੇ 10 ਦਾ ਟਾਈਮ ਆ ਸੌਣ ਦਾ ਉੱਦਾਂ ਮੈਂ ਸੁੱਤਾ ਪਿਆ ਹੁੰਦਾ ਹੁਣ ਮੈਂ ਵੀਡੀਓ ਸ਼ੂਟ ਕਰ ਰਿਹਾ ਫਿਰ ਥਕਾਵਟ ਦੂਰ ਆ ਆਪਣੀ ਅਤੇ ਗਾਇਸ ਪਰ ਹੁਣ ਇਹ ਆ ਥਕਾਵਟ ਖਾਲੀ ਗੱਲ ਹੈ ਖਾਲੀ ਨਹੀਂ ਕਰਦਾ ਸੀ ਥੋੜ੍ਹੇ ਬਹੁਤੇ ਤਾਂ ਉਹਦੇ ਬੰਦੇ ਦੇ ਕੋਲ ਬੈਕਅਪ ਹੈ ਨਾ ਚਲੋ ਕੋਈ ਨਹੀਂ ਅਗਲੇ ਮਹੀਨੇ ਮਿਲ ਹੀ ਜਾਣੀ ਹੈ ਇਹ ਹੈ ਯਾਰ ਮਾਤਾ ਨੇ ਵੀਡੀਓ ਦੇਖ ਲਈ ਫਿਰ ਮਾਤਾ ਨੇ ਕਹਿਣਾ ਇੱਕ ਪੈਸੇ ਮੌਕ ਗਏ ਇਹਦੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾ ਇਹ ਕੰਮ ਮਾਤਾ ਬਿਲਕੁਲ ਨਹੀਂ ਕਹਿੰਦਾ ਛਿੱਲ ਮਾਰੋ ਛਿੱਲ ਤੁਸੀਂ ਆਪਦਾ ਖਰਚਾ ਖੁੱਲ੍ਹਾ ਕਰਨਾ ਹੁਣ ਮੁੰਡਾ ਕਮਾਉਣ ਲੱਗ ਪਿਆ ਅੱਜ ਮਹੀਨੇ ਕੱਲ੍ਹ ਪਾਸਾ ਗੱਲ ਹੋਈ ਕਹਿੰਦਾ ਕਿੰਨੇ ਕਮਾਉਂਦਾ ਮੈਂ ਕਿਹਾ ਇੰਨੇ ਕਹਿੰਦਾ ਥੋੜ੍ਹਾ ਹੀ ਕਹਿੰਦਾ ਜ਼ਿਆਦਾ ਕਮਾ ਸਿੱਧਾ ਉਹਨੇ ਡਬਲ ਹੀ ਕਿਹਾ ਕਹਿੰਦਾ ਇੰਨੇ ਕਮਾ ਮੈਂ ਕਿਹਾ ਤੂੰ ਕਿੰਨੇ ਕਮਾਉਂਦਾ ਮੈਂ ਕਿਹਾ ਆਪਦੀ ਗੱਲ ਦੱਸੀ ਕਿੰਨੇ ਕਮਾਉਂਦਾ ਕਹਿੰਦਾ ਨਹੀਂ ਨਹੀਂ ਬਹੁਤ ਵਧੀਆ ਠੀਕ ਆ ਕਹਿੰਦਾ ਮੈਨੂੰ ਵੀ ਬੁਲਾ ਲਾ ਮੈਂ ਕਿਹਾ ਨਾ ਬਾਈ ਤੂੰ ਘਰ ਹੀ ਰਹਿ ਕੋਈ ਨਹੀਂ ਗਾਈਸ ਰਹਿ ਹੁਣ ਘਰੋਂ ਬਾਹਰ ਮਿਹਨਤ ਤਾਂ ਚੱਲ ਰਹਿ ਹੀ ਰਹਿਣਾ ਅਸੀਂ ਇਕੱਠੇ ਰਹਿ ਲੈਂਦੇ ਹਾਂ ਅਸੀਂ 2 ਜਣੇ ਉਹਨਾਂ ਸੋਨੂੰ ਕਹਿ ਦੀ ਲੋੜ ਅਸੀਂ ਲੋਕਡਾਊਨ 'ਚ ਗਏ ਜਦੋਂ ਪਾਪਾ ਬਿਮਾਰ ਸੀਗੇ ਮੇਰੇ ਮੰਮੀ ਅਤੇ ਦੀਪਿਕਾ ਪਾਪਾ ਨੇ ਲੈ ਕੇ ਹੋਸਪਿਟਲ ਗਏ ਸੀ ਜਲੰਧਰ ਰਹਿੰਦੇ ਸੀ ਉੱਥੇ ਅਸੀਂ ਆਪ ਰਹਿੰਦੇ ਰਹੇ ਹਾਂ ਅਤੇ ਸੌਣ ਲੱਗੇ ਰੱਬ ਦੀ ਮਿਹਰ ਆ ਰੋਟੀਆਂ ਅਸੀਂ ਆਪ ਬਣਾਈਆਂ ਸੀ ਸਬਜ਼ੀ ਨੂੰ ਆਉਣ ਗੁਆਂਢ ਸਾਡਾ ਬਹੁਤ ਚੰਗਾ ਹਰੇਕ ਦੇ ਘਰੋਂ ਇੱਕ ਇੱਕ ਕੋਲੀ ਆ ਜਾਂਦੀ ਸੀ ਅਸੀਂ 5-6 ਵਰਾਇਟੀਆਂ ਦੀ ਸਬਜ਼ੀ ਰੋਟੀ ਖਾਂਦੇ ਸੀ 2 ਰਾਤ ਨੂੰ ਅਤੇ ਉਹ ਸਾਰਿਆਂ ਦਾ ਧੰਨਵਾਦ ਬਹੁਤ 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 ਸਾਥ ਦਿੱਤਾ ਉਹਨਾਂ ਨੇ ਸਾਡੀ ਗਲੀ ਵਾਲੇ ਬਹੁਤ ਚੰਗੇ ਆ ਗਾਈਸ ਅਤੇ ਰੋਟੀਆਂ ਅਸੀਂ ਆਪ ਬਣਾਉਂਦੇ ਹੁੰਦੇ ਸੀਗੇ ਉਹਦੇ ਕਰਕੇ ਰੋਟੀਆਂ ਬਣਾਉਣੀਆਂ ਆਉਂਦੀਆਂ ਅਤੇ ਇੱਥੇ ਰੋਟੀਆਂ ਬਣਾਉਣੀਆਂ ਆਉਂਦੀਆਂ ਮੈਨੂੰ ਅਤੇ ਸਬਜ਼ੀ ਕਦੀ ਨਹੀਂ ਬਣਾਈ ਸੀ ਗੁਆਂਢੀਆਂ ਕਰਕੇ ਉਹਨਾਂ ਨੇ ਮਤਲਬ ਟੈ ਮੌਕੇ ਦਿੱਤਾ ਬਣਾਉਣ ਦਾ ਕਹਿੰਦੇ ਕੋਈ ਚੱਕਰ ਨਹੀਂ
ਮੈਂ ਵੀ ਬਸ਼ਾਨਾ ਵੀ ਉੱਦਾਂ, ਵੈਸੇ ਮੈਂ ਡੱਬਾ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ ਸੀ, ਮੇਰੇ ਘਰ ਆਉਂਦਾ ਸੀ ਡੱਬਾ ਕਿ ਆ ਲਓ ਅਮਿਤ ਰੋਟੀ ਖਾ ਲਿਓ, ਆ ਲਓ ਆ ਲਓ, ਫਿਰ ਮੈਨੂੰ ਬੜੀ ਖੁਸ਼ੀ ਮਿਲਦੀ, ਜਿਹੜੀ ਉਹਨਾਂ ਨੇ ਉਹ ਸਬਜ਼ੀ ਬਣਾਉਣੀ ਉਹ ਉਹਨਾਂ ਨੇ ਘਰ ਭੇਜ ਦੇਣੀ, ਵਧੀਆ ਸੀ। ਭੁੱਲਦੇ ਥੋੜ੍ਹੀ ਉਹ ਦਿਨ ਜਿਹਨੇ ਚੰਗਾ ਕੀਤਾ ਹੋਵੇ, ਜਿਹਨੇ ਮਾੜਾ ਕੀਤਾ ਮੈਂ ਭੁੱਲ ਜਾਣਾ ਤੋਫਾ ਕਦੋਂ ਨਹੀਂ, ਭੁੱਲਦਾ ਨਹੀਂ, ਰਹਿੰਦਾ ਦਿਮਾਗ 'ਚ ਉਹ ਬੰਦੇ ਨਾਲ, ਮੈਂ ਉਹ ਨਹੀਂ ਰੱਖਦਾ ਰਿਲੇਸ਼ਨ ਜਿਹਨੇ ਮਾੜਾ ਕੀਤਾ ਹੋਵੇ, ਪਰ ਮੈਂ ਭੁੱਲ ਜਾਂਦਾ ਦਿਮਾਗ 'ਚ ਨਹੀਂ ਰਹਿੰਦਾ, ਦਿਮਾਗ 'ਚ ਸਿਰਫ ਚੰਗੀਆਂ ਗੱਲਾਂ, ਖੁਸ਼ ਰਹੋ, ਚਿੱਲ ਮਾਰੋ, ਅਤੇ ਜਿਹਨਾਂ ਨੇ ਚੰਗਾ ਕੀਤਾ ਉਹ ਬੰਦੇ ਹਮੇਸ਼ਾ ਦਿਮਾਗ 'ਚ ਰਹੂਗੇ, ਮੇਰੇ ਦਿਲ 'ਚ ਰਹੂਗੇ। ਬਹੁਤ ਬਹੁਤ ਧੰਨਵਾਦ ਹੋ ਸਾਰਿਆਂ ਦਾ, ਨੋ ਡਾਊਟ ਮੈਂ ਦੇਦੂ ਚਾਚੀ ਘਰ ਬਹੁਤ ਰੋਟੀ ਖਾਧੀਆਂ, ਸ਼ਾਇਦ ਚਾਚੀ ਵਾਲਾ ਬਲੋਗ ਦੇਖਣ, ਦੇਖ ਕੇ ਹੱਸਣ, ਬਹੁਤ ਖਾਧਾ ਦੇ, ਜਦ ਦਿਲ ਕੀਤਾ ਸੈਮੀ ਘਰ ਜਾਣਾ, ਮੈਂ ਨਾ ਚਾਚੀ ਭੁੱਖ ਲੱਗੀ ਰੋਟੀ ਬਣਾਓ, ਰਾਤੀ 8-9 ਵਜੇ ਤੱਕ ਰੋਟੀ ਦਾ ਟਾਈਮ ਤਾਂ ਮੈਂ ਵੀ ਬੈਠਾ ਰਹਿੰਦਾ, ਬਸ਼ਰਮ ਬੰਦਾ ਮੈਂ, ਉਹਨਾਂ ਨੇ ਵੀ ਲੈ ਜਾਣੀ ਪਲੇਟ 'ਚ ਪਾ ਕੇ ਆਪਾਂ ਖਾਣੀ ਸ਼ੁਰੂ ਕਰ ਦੇਣੀ। ਕਾਫੀ ਟਾਈਮ ਮੈਂ ਦੁਪਹਿਰ ਦੀ ਰੋਟੀ ਉੱਥੇ ਖਾਧੀ ਹੋਈ, ਰਾਤ ਦੀ ਰੋਟੀ ਖਾਧੀ ਹੋਈ, ਕਾਫੀ ਟਾਈਮ ਅਸੀਂ ਜਿੰਨੀ ਵਾਰੀ ਬਾਹਰ ਡਿਨਰ ਕਰਨ ਗਏ ਹਾਂ, ਬਰਥਡੇ ਕਿਸੇ ਦਾ ਵੀ ਹੋਣਾ, ਸਾਰੇ ਗਏ, ਨਿਊ ਈਅਰ, ਦਿਵਾਲੀ, ਜੋ ਪਾਰਟੀਆਂ ਪੂਰਟੀਆਂ, ਬਹੁਤ ਮਤਲਬ ਬਹੁਤ ਵਾਰੀ ਖਾਧਾ ਪੀਤਾ ਉਹਨਾਂ ਨਾਲ, ਲੱਭੇ ਚਾਚੇ ਕੋਲ ਬਹੁਤ ਪਾਇਆ, ਉਹਨਾਂ ਨੇ ਬਹੁਤ ਖਵਾਇਆ ਬੁਲਾਇਆ ਮੈਨੂੰ, ਅਤੇ ਕਦੀ ਦਵਾਈ ਦਵਾਈ ਲੋੜ ਪੈਂਦੀ ਸੀ ਆਪਾਂ ਮੂੰਹ ਚੱਕ ਕੇ ਚੱਲਣਾ, ਅਤੇ ਚਾਚੇ ਕੋਲ ਚੀਵੇਂ ਚਾਚੇ ਨੇ ਦਵਾਈ ਦੇਣੀ, ਇੱਕ ਖੁਰਾਕ ਨਾਲ ਆਪਾਂ ਸੈੱਟ, ਹੋਰ ਕਿਸੇ ਦੀ ਦਵਾਈ ਨਾਲ ਸੈੱਟ ਨਹੀਂ ਹੁੰਦਾ ਸੀ, ਮੈਂ ਛੇਤੀ ਕਿਤੇ ਚਾਚੇ ਦਵਾਈ ਖਾਧੀ, ਬਸ ਆਪਾਂ ਸੈੱਟ ਹਾਂ, ਮੈਂ ਹੁਣ ਇੱਥੇ ਮੰਗਾ ਲੈਣੀ ਦੇਖ ਲਓ, ਅਤੇ ਅੱਜ ਤੱਕ 1 ਰੁਪਈਆ ਨਹੀਂ ਚਾਚੇ ਨੇ ਕਿਹਾ ਨਾ ਆਪਾਂ ਦਿੱਤਾ, ਬਾਕੀ ਵਧੀਆ ਆ, ਅਤੇ ਸਾਰੇ ਤਰੀਫ ਮੈਂ ਕਰਦਾ ਹੁੰਦਾ, ਹੌਲੀ 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 ਕਰੂੰਗਾ, ਇੱਕ ਵਾਰੀ ਕਰਦਾ ਹੁੰਦਾ, ਅਤੇ ਚਾਚੀ ਇਹ ਵਲੋਗ ਮੇਰਾ ਜ਼ਰੂਰ ਦੇਖਿਓ, ਤੁਹਾਨੂੰ ਦੇਖ ਕੇ ਖੁਸ਼ੀ ਮਿਲੇਗੀ, ਮੈਂ ਤਾਰੀਫ ਕੀਤੀ ਹੈ, ਅਤੇ ਗਾਇਸ ਬਹੁਤ ਵਧੀਆ ਦਿਨ ਸੀ ਇੰਡੀਆ ਦੇ, ਨਹੀਂ ਮੈਂ ਖੁਸ਼ ਹਾਂ, ਅਤੇ ਉੱਥੇ ਟਾਈਮ ਬਹੁਤ ਛੇਤੀ ਨਿਕਲਦਾ, ਹੁਣੀ ਥੋੜ੍ਹੇ ਦਿਨ ਪਹਿਲਾਂ ਮੈਂ ਸਟੋਰੀ ਪਾਈ, ਮੇਰੀ 1000 ਦੀ ਸਟੀਕ ਹੋਈ ਸੀ ਕਿਸੇ ਨਾਲ, ਮੈਂ ਉਹਦੀ ਸਟੋਰੀ ਪਾਈ ਸੀ, ਪਤਾ ਹੀ ਨਹੀਂ ਲੱਗਦਾ, ਮੈਨੂੰ ਤਾਂ ਲੱਗਦਾ ਕੱਲ੍ਹ ਸਟੋਰੀ ਪਾਈ ਹੈ, ਗਾਇਸ ਅੱਜ 9 ਤਰੀਕ ਹੋ ਗਈ, ਮੈਂ ਕਿਹਾ 9 ਦਿਨ ਨਿਕਲ ਗਏ ਵੀ ਦੇ, ਅਤੇ ਐਡੀ ਖੁਸ਼ੀ ਮਿਲਦੀ, 20 ਦਿਨ ਰਹਿ ਗਏ ਫਿਰ ਸੈਲਰੀ ਮਿਲ ਜਿਹੜੀ, ਵਾਓ, ਪਰ ਨਹੀਂ ਅਗਲੇ ਮੰਥ ਪਤਾ ਨਹੀਂ ਮਿਲਣੀ ਤਾਂ ਹੈਗੀ ਉੱਦਾਂ, ਮਿਲ ਤਾਂ ਛੇਤੀ ਜਾਣੀ, ਇਹ ਨਹੀਂ ਪਤਾ ਮੇਰੇ ਅਕਾਊਂਟ 'ਚ ਕਦੋਂ ਜਾਵੇ, ਅਗਲੇ ਮੰਥ ਥੋੜ੍ਹਾ ਸਿਸਟਮ ਜਿਹਾ ਹਿਸਾਬ ਕਰਨਾ ਨਾ, ਸਾਫ ਯੂ ਨੋ ਸਾਫ, ਪੈਸੇ ਪੂਹੇ ਲਾ ਦਈਏ, ਮਾਤਾ ਦੇ ਗਹਿਣੇ ਛੁਡਾ ਦਈਏ, ਉਸ ਤੋਂ ਬਾਅਦ ਇਹ ਲੱਭੇ ਦੀ ਇਹ ਸਿਫਤ ਆ, ਉਹਨੇ ਅੱਜ ਤੱਕ ਨਹੀਂ ਕਰੀ ਪੈਸੇ ਲੱਗਾ, ਦੋ ਕੁ ਮਹੀਨੇ ਦੀ ਸੈਲਰੀ ਘਰ ਭੇਜਣੀ ਬਸ, ਅਤੇ ਲੱਭੇ ਦੇ ਪੈਸੇ ਸਾਰੇ ਦੇ ਦੇਣੇ ਉਹਨੂੰ ਹੌਲੀ ਹੌਲੀ ਕਰਕੇ, ਫਿਰ ਆਪਾਂ ਵਿਹਲੇ ਚਲੋ 1000 ਦੀ ਕਮਾਈ 'ਤੇ ਆਏ, ਧੱਕਵਾ ਜਿਹੜੀ ਆਪਾਂ ਨੂਨਵੈਲ 'ਚ ਗੱਡੀ ਉਹ ਲਿਆੜੀ ਜਿਹੜੀ ਨੂਨਵੈਲ 'ਚ ਨਹੀਂ ਹੈਗੀ, ਪੂਰੇ 'ਚ ਜਲੰਧਰ 'ਚ ਵੀ ਟਾਵੀਂ ਟਾਵੀਂ ਆ, ਟਾਵੀਂ ਟਾਵੀਂ ਕੀ, ਇੱਕ ਬੰਦੇ ਕੋਈ ਦੇਖੀ, ਮੈਂ ਪੂਰੇ ਜਲੰਧਰ 6 ਮਹੀਨੇ ਰਹਿਆ, 6 ਮਹੀਨੇ ਮੈਂ ਕਿਸੇ ਕੋਲ ਗੱਡੀ ਨਹੀਂ ਦੇਖੀ ਜਿਹੜੀ ਮੇਰੇ ਦਿਮਾਗ 'ਚ, ਉਹ ਲੈਣੀ ਆ ਮੈਂ, ਹਾਂਜੀ ਨਹੀਂ ਓਕੇ ਕਾਲੀ ਕੋਈ ਨਹੀਂ ਹੋਈ, ਅਤੇ ਬਾਕੀ ਸਹੀ ਆ, ਬਥੇਰਾ ਕੁਛ ਕਰਨਾ, ਗਾਣਾ ਬੜਾ ਚੱਲ ਲੈਣਾ ਕਿ ਉਹਨਾਂ ਘਰ 2 ਲੱਡੂ ਵੱਧਦੇ ਹੀ ਅੰਮੀਏ, ਜਿਹੜੇ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਹੋਣਾ, ਗਾਇਸ ਮੈਂ ਇਹ ਕਹਿੰਦਾ ਕਿ ਮੈਂ ਇਹ ਗਾਣੇ 'ਤੇ ਸਟੋਰੀ ਵੀ ਨਹੀਂ ਪਾ ਸਕਦਾ, ਨਾ ਮੈਂ ਵੀਡੀਓ ਬਣਾ ਸਕਦਾ, ਕਿਉਂਕਿ ਸੌਣ ਲੱਗੇ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਇਹ ਇਹਦੇ ਕੋਲੋਂ ਕੱਖ ਨਹੀਂ ਹੋਣਾ, ਜਿੱਥੇ ਜਾਂਦਾ ਸੀ ਅਗਲੇ ਕਹਿੰਦੇ ਕੁਛ ਤਾਂ ਹੈ, ਕੁਛ ਤਾਂ ਵੱਡਾ ਕਰੇਗਾ, ਇਹ ਕਰੇਗਾ, ਹਰ ਕੋਈ ਇਹੀ ਕਹਿੰਦਾ ਜੀ ਕਰੇਗਾ, ਕੁਛ ਤਾਂ ਕਰੇਗਾ, ਅਤੇ ਗਾਇਸ ਹੁਣ ਆਪਾਂ ਕਰਕੇ ਦਿਖਾਵਾਂਗੇ, ਦਿਖਾ ਰਹੇ ਹਾਂ, ਦਿਖਾਵਾਂਗੇ ਅੱਗੇ ਵੀ, ਸਾਰੇ ਬਹੁਤ ਖੁਸ਼ ਆ, ਮੈਂ ਵੀ ਬਹੁਤ ਖੁਸ਼ ਹਾਂ, ਹਾਂ ਇਹ ਪੋਜ਼ਿਟਿਵਿਟੀ ਆ ਮੇਰੇ 'ਚ ਵੀ, ਆਲੇ ਦੁਆਲੇ ਵਾਲੇ ਲਿਆ 'ਚ ਵੀ, ਜਿੰਨਾ 'ਚ ਮੈਂ ਰਹਿੰਦਾ ਸੀ ਸਾਰੇ ਇਹੀ ਕਹਿੰਦੇ ਕਿ ਹਾਂ ਵਧੀਆ ਬੰਦਾ, ਕੁਛ ਤਾਂ ਕਰੇਗਾ, ਕੁਛ ਚੰਗਾ ਕਰੇਗਾ,
ਅਤੇ ਇਸ ਕਰਕੇ ਮੈਂ ਇਸ ਗਾਣੇ 'ਤੇ ਵੀਡੀਓ ਨਹੀਂ ਬਣਾ ਰਹਿੰਦਾ ਤਾਂ ਉਹ ਟ੍ਰੈਂਡਿੰਗ 'ਚ ਚੱਲਦੇ ਆ। ਮੇਰੇ ਨਾਲ ਦੇ ਵੀ ਕਈ ਵਾਰੀ ਇਹੀ ਗਾਣਾ ਲਾ ਕੇ ਸੁਣਦੇ ਹੁੰਦੇ ਬਾਰ ਬਾਰ, ਆਈ ਡੋਂਟ ਲਾਈਕ ਦਿਸ ਟਾਈਪ ਆਫ ਸੌਂਗ ਯੂ ਨੋ। ਸੋ ਵੀ ਪੋਜ਼ੀਟਿਵ, ਖੁਸ਼ ਰਹੋ, ਚੰਗੇ ਰਹੋ। ਕਈ ਜਣੇ ਤੁਹਾਨੂੰ ਬਹੁਤ ਵਧੀਆ ਲੈਸਨ ਸਿਖਾ ਕੇ ਜਾਂਦੇ ਆ, ਜਿੱਦਾਂ ਮੇਰੇ ਵਾਲੀ ਮੇਰੇ ਸਿਖਾਈ ਗਈ ਵੀ ਪੋਜ਼ੀਟਿਵ ਵਿੱਚ ਯਾਰ ਕਹਿੰਦੀ ਹੁੰਦੀ ਸੀ ਉਹ, ਹੁਣ ਪੋਜ਼ੀਟਿਵ ਹੀ ਰਹਿੰਦਾ ਮੈਂ ਖੁਸ਼ ਹੀ ਬਹੁਤ, ਯਾਰ ਮੈਨੂੰ ਸਮਝ ਨਹੀਂ ਆ ਰਹੀ ਉਹ ਦਾਦੀ ਕੱਢੀ ਆ ਰਿਹਾ। ਅਤੇ ਹਾਂਜੀ ਗਾਈਸ, ਚਲੋ ਵਧੀਆ ਗੱਲ, ਹਰੇਕ ਚੀਜ਼ ਨੂੰ ਪੋਜ਼ੀਟਿਵ ਵਿੱਚ ਲੱਗ ਜਾਓ। ਹਾਂ ਲੈਕ ਇਸ ਵਾਰੀ ਮੇਰਾ ਉਹ ਨਹੀਂ ਹੈਗਾ ਮੂਡ ਗਿਆਨ ਗਿਉਂ ਦਿੰਦਾ ਕਿ ਹਾਂਜੀ ਇੱਦਾਂ ਕਰ ਦਿੰਦਾ, ਨਾ ਛਿੱਲ ਕਰੋ, ਟੈਂਸ਼ਨ ਨਹੀਂ ਲੜੀ ਗਈ ਬਸ ਗਾਈਸ ਵਧੀਆ। ਇੰਡੀਆ ਜਾਣਾ ਆਪਾਂ ਦੇਖਿਓ ਧੱਕ ਬਾਣੀ, ਬਾਕੀ ਆਪਣੇ ਖਾਸ ਬੰਦੇ ਆਪਣੇ ਖਾਸ ਰਹਿਣਗੇ ਹਮੇਸ਼ਾ, ਜਿਹੜੇ ਸੀਗੇ ਰਿਦਮ ਸੈਮੀ ਪੱਕੇ ਆਪਣੇ, ਕੁੜੀਆਂ ਦਾ ਨਾਂ ਨਹੀਂ ਲੈਂਦਾ ਮੈਂ, ਉਹ ਤਾਂ ਉਹਨਾਂ ਨੂੰ ਪਤਾ ਹੀ ਆ ਜਿਹੜੀਆਂ ਪੱਕੀਆਂ, ਪਰ ਆਪਾਂ ਛੋੜ ਹੀ ਕਰਨੀ ਆ। ਰਿਦਮ ਸੈਮੀ ਆਪਣੇ ਪੱਕੇ ਆ, ਕੁੜੀਆਂ ਮਤਲਬ ਸਾਰੀਆਂ ਕੁੜੀਆਂ, ਭੈਣਾਂ ਭੂਣਾਂ ਵੀ ਸਾਰੀਆਂ ਵਿੱਚ ਹੀ ਜਾਂਦੀਆਂ, ਠੀਕ ਆ, ਇਕੱਲੀਆਂ ਕੁੜੀਆਂ ਨਹੀਂ। ਰਿਦਮ ਸੈਮੀ ਆਪਣੇ ਪੱਕੇ ਆ, ਅਤੇ ਹਨੀ ਮਿੱਤੂ ਨਈਅਰ ਪੱਕੇ ਆ, ਸ਼ੁਭਾ ਵੀ ਪੱਕਾ ਹੀ ਆ, ਸੁਮਿਤ ਹੋਣੀ ਉਹ ਤਾਂ ਚੱਲ ਕਨੇਡਾ ਬੈਠੇ ਇੰਡੀਆ ਵਾਲੇ, ਇੰਡੀਆ 'ਚ ਦਿੱਲੀ ਹੋਣੀ ਪੱਕੇ ਆ। ਬਸ ਆਹੀ ਗਰੁੱਪ ਸੀ ਮੇਰਾ ਫਰੈਂਡ ਸਰਕਲ, ਹੋਰ ਮੇਰਾ ਸੀਗਾ ਮੇਰੇ ਦਿਮਾਗ 'ਚ ਹੈ ਨਹੀਂ, ਹੋਰ ਕੀ ਪਤਾ ਹੋਵੇ ਮੇਰੇ ਹਾਲੇ ਦਿਮਾਗ 'ਚ ਨਾ ਹੋਵੇ। ਹਾਂ ਜਲੰਧਰ ਵਾਲੇ ਵੀ ਦੋ ਚਾਰ ਯਾਰ ਦੋ, ਇੱਕ ਛੋਟਾ ਜਿਹਾ ਗਰੁੱਪ ਸੀ ਮੇਰਾ ਜਲੰਧਰ ਵਾਲੇ, ਪੈਪਸੀ ਵਾਲੇ ਬੰਦੇ ਵੀ ਜਲੰਧਰ 'ਚ, ਭਰਾ ਹੋਣੀ ਵੀ ਆਪਣੇ ਉਹ ਵੀ ਚਲੋ ਹੈਗੇ ਆ ਵਧੀਆ ਪੱਕੇ ਹੀ ਆ ਉਹ ਵੀ, ਅਤੇ ਇਹ ਬੰਦੇ ਨੇ ਜਿਹੜੇ ਮੇਰੇ ਨਾਲ ਲਊਗੇ ਹਮੇਸ਼ਾ, ਜਿਹੜੇ ਬੰਦੇ ਟਾਈਮ 'ਤੇ ਬੈਠੇ ਦਿਖਾ ਗਏ ਉਹ ਬੰਦੇ ਤਫਾ ਹੋਣ ਹੁਣ ਨਹੀਂ ਆਉਂਦੇ ਮੇਰੀ ਲਾਈਫ 'ਚ, ਅਤੇ ਬਾਕੀ ਸਹੀ ਆ ਛਿੱਲਾ। ਇੰਡੀਆ ਆਉਂਦੋ ਧੱਕ ਪਾਣੀ, ਆਪਾਂ ਸਾਰਿਆਂ ਨਾਲ ਟ੍ਰਿਪਸ ਪਲੈਨ ਕਰਨੀਆਂ, ਆਪਾਂ ਟਿਕਣਾ ਹੀ ਨਹੀਂ। ਜਿਹਦੇ ਨਾਲ ਗੱਲ ਹੋਈ ਅੱਜ ਮੇਰੀ, ਉਹਨੂੰ ਮੈਂ ਦੱਸਿਆ ਕਿ ਇੱਦਾਂ ਇੱਦਾਂ ਹੈ ਨਾ ਕਿ ਇੱਦਾਂ ਇੱਦਾਂ ਸਮਾਨ ਆਉਣਾ ਅਤੇ ਘਰ ਪਹੁੰਚਾ ਦੀ, ਕਹਿੰਦਾ ਕੋਈ ਚੱਕਰ ਹੀ ਨਹੀਂ। ਫਿਰ ਉਹ ਕਹਿੰਦਾ ਬਸ ਤੁਸੀਂ ਆਓ ਆਪਾਂ ਚੱਲਦੇ ਘੁੰਮਣ, ਅਤੇ ਚੱਲਾਂਗੇ ਜਗ੍ਹਾ ਜਗ੍ਹਾ, ਅਸੀਂ ਸੋਚੀਆਂ ਕਾਫੀ ਜਗ੍ਹਾ ਅਤੇ ਉਹ ਸਾਰੀ ਜਗ੍ਹਾ ਜਾ ਕੇ ਆਉਣਾ ਆ। ਅਤੇ ਹੋਰ ਵੀ ਕਿਸੇ ਨੂੰ ਮੈਂ ਕਿਹਾ ਸੀ ਸਾਨੂੰ ਟ੍ਰਿਪ 'ਤੇ ਚੱਲਿਓ, ਉਹ ਪਤਾ ਨਹੀਂ ਚੱਲੇ ਕਿ ਨਾ ਚੱਲੇ, ਚੱਲੋ ਛੱਡੋ ਲੀਏ ਦਾ ਟੋਪਿਕ। ਅਤੇ ਬਾਕੀ ਸਹੀ ਆ, ਮੈਂ ਬਹੁਤ ਖੁਸ਼ ਹਾਂ ਗਾਈਸ, ਮੈਨੂੰ ਹਜੇ ਨਹੀਂ ਹੋ ਰਹੀ ਆਪਦੀ ਖੁਸ਼ੀ, ਨਹੀਂ ਜਾਂ ਮਤਲਬ ਨਜ਼ਰ ਨਾ ਲੱਗ ਜੇ, ਉੱਦਾਂ ਨਹੀਂ ਲੱਗਦੀ ਮੈਨੂੰ ਨਜ਼ਰ, ਰੱਬ ਜੋ ਕਦਮ ਮੇਰੇ ਫੇਵਰ 'ਚ ਕਰਦਾ ਹਮੇਸ਼ਾ, ਇਸ ਹਫ਼ਤਾ ਰੱਬ ਦੀ ਧੰਨਵਾਦ ਰੱਬ। ਤੁਹਾਨੂੰ ਪਤਾ ਮੈਂ ਰੋਜ਼ ਸਵੇਰੇ ਉੱਠ ਕੇ, ਇਹ ਮੈਨੂੰ ਜਲੰਧਰ ਤੋਂ ਆਦਤ ਪੈ ਗਈ ਸੀਗੀ, ਜਦ ਜਲੰਧਰ ਰਹਿੰਦਾ ਸੀ ਮੈਂ ਰੋਜ਼ ਸਵੇਰੇ ਉੱਠਣਾ ਨਾ, ਉੱਠ ਕੇ ਨਾ ਬਹੁਤ ਬਹੁਤ ਧੰਨਵਾਦ ਨਵਾਂ ਦਿਨ ਦੇਣ ਲਈ ਮੈਨੂੰ, ਨਵਾਂ ਸਵੇਰਾ, ਅੱਜ ਮੈਂ ਨਵੀਆਂ ਮੈਮਰੀਜ਼ ਕ੍ਰੀਏਟ ਕਰੂੰਗਾ, ਨਵਾਂ ਐਕਸਪੀਰੀਅੰਸ ਕਰੂੰਗਾ, ਅਤੇ ਇੱਕ ਹੋਰ ਦਿਨ ਮੈਨੂੰ ਖੁਸ਼ ਰਹਿਣ ਨੂੰ ਮਿਲ ਗਿਆ। ਇਹ ਕਹਿੰਦਾ ਹੁੰਦਾ ਸੀ ਮੈਂ ਰੋਜ਼ ਹੀ ਰੋਜ਼ ਸਵੇਰੇ ਉੱਠ ਕੇ, ਰਾਤੀ ਸੌ ਲੱਗੀ ਵੀ ਇਹ ਕਹਿੰਦਾ ਸੀ ਕਿ ਅੱਜ ਦੇ ਐਡੇ ਖੁਸ਼ਹਾਲ ਦਿਨ ਲਈ ਬਹੁਤ ਬਹੁਤ ਧੰਨਵਾਦ। ਅਤੇ ਬਸ ਹੁਣ ਮੈਂ ਸੌ ਲੱਗਾ, ਮੈਂ ਬਹੁਤ ਖੁਸ਼ ਹਾਂ, ਇਹ ਕਹਿ ਕੇ ਸੌਂਦਾ ਸੀ। ਅਤੇ ਇਹੀ ਆਦਤ ਮੈਨੂੰ ਇੱਥੇ ਬਣੀ ਹੋਈ ਆ, ਇੱਥੇ ਵੀ ਸਵੇਰੇ ਉੱਠਦਾ ਉੱਠਦੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ, ਵੀ ਜਦੋਂ ਸੂਰਜ ਚੜ੍ਹਦੇ ਆ ਸਭ ਤੋਂ ਪਹਿਲਾਂ ਸੂਰਜ ਵਾਲਾ ਹੱਥ ਜੋੜ ਕੇ ਧੰਨਵਾਦ ਕਰਨਾ, ਫਿਰ ਜਦੋਂ ਸੂਰਜ ਡੁੱਬਣਾ ਉਦੋਂ ਹੱਥ ਜੋੜ ਕੇ ਧੰਨਵਾਦ ਕਰਨਾ, ਅਤੇ ਇੱਕ ਰਾਤੀ ਸੌਣ ਲੱਗੇ ਧੰਨਵਾਦ ਕਰਨਾ। ਬਸ ਹਮੇਸ਼ਾ ਧੰਨਵਾਦ ਕਰੋ ਰੱਬ ਦਾ, ਰੱਬ ਤੁਹਾਨੂੰ ਹੋਰ ਵਧਾਉਂਦਾ, ਬਹੁਤ ਵਧਾਉਂਦਾ, ਇੰਨਾ ਖੁੱਲ੍ਹ ਕੇ ਦਿੰਦਾ ਤੁਹਾਨੂੰ ਕਿ
ਜੋ ਚਾਹੀਦਾ ਚੱਕ ਲੈ, ਟੈਨਸ਼ਨ ਨਹੀਂ ਲੈਣੀ ਤਾਂ ਬਹਿ ਕਹਿੰਦਾ ਐਵੇਂ। ਮਤਲਬ ਅੱਗੇ ਹੁੰਦਾ ਸੀ ਮੈਂ ਮੰਗਦਾ, ਨੋ ਡਾਊਟ ਮੈਂ ਵੀ ਮੰਗਦਾ ਹਾਂ ਕਿ ਜਦੋਂ ਮੇਰਾ ਦਿਲ ਕੀਤਾ ਮੈਂ ਅੱਖ ਹੱਥ ਜੋੜ ਗਈ ਆ ਮੰਦਰ ਮੁੰਦਰ ਜਦੋਂ ਜਾਂਦਾ ਉਦੋਂ ਮੈਂ ਮੰਗਦਾ ਹੀ ਜ਼ਿਆਦਾਤਰ, ਉੱਦਾਂ ਮੇਰਾ ਇੱਦਾਂ ਜਦੋਂ ਦਿਲ ਕਰਦਾ ਮੈਂ ਹੱਥ ਜੋੜ ਕੇ ਧੰਨਵਾਦ ਹੀ ਕਰਦਾ, ਜਦੋਂ ਦਿਲ ਕਰਦਾ ਅੱਖਾਂ ਬੰਦ ਹੱਥ ਜੋੜੋ ਬਸ। ਫਿਰ ਰੱਬ ਹਰੇਕ ਜਗ੍ਹਾ ਟੈਨਸ਼ਨ ਲੈਣ ਲੋੜ ਨਹੀਂ, ਇਹ ਨਹੀਂ ਜ਼ਰੂਰੀ ਮੰਦਰ ਜਾਣਾ ਜਾਂ ਕਿਤੇ ਵੀ ਜਾਣਾ, ਜਿੱਥੇ ਹੈਗੇ ਹੱਥ ਜੋੜੋ ਬਸ। ਉੱਦਾਂ ਮੇਰਾ ਬਹੁਤ ਦਿਲ ਕਰਦਾ ਮੰਦਰ ਜਾਣ ਦਾ ਕਿ ਜਾਵਾਂ ਮੈਂ ਮੰਗਾ, ਮੰਗਣ ਦਾ ਦਿਲ ਕਰਦਾ ਰੱਬ ਤੋਂ। ਅਤੇ ਪਰ ਇੱਥੇ ਲੱਭਦਾ ਨਹੀਂ ਛੇਤੀ ਕਿਤੇ, ਕਹਿੰਦੇ ਸਰਦੀਆਂ ਟਾਈਮ ਹੋਊਗਾ, ਹਾਲੇ ਟਾਈਮ ਨਹੀਂ ਮਿਲਦਾ, ਸੌਣ ਲੱਗੇ ਗਏ ਸੰਡੇ ਤੱਕ ਨਹੀਂ ਛੁੱਟੀ ਹੁੰਦੀ ਸਾਨੂੰ, ਆਪ ਕਰਦੀ ਦਿਹਾੜੀ ਉਹ ਤਾਂ ਦਿਹਾੜੀ ਵਾਲ ਚੜ੍ਹਦੀ ਬੰਦੇ ਦੀ ਇੱਕ ਦਿਹਾੜੀ ਦੀ, ਇਸ ਲਈ ਮੈਂ ਰੱਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਵਧੀਆ ਰੱਬ ਹਮੇਸ਼ਾ ਤੁਹਾਨੂੰ ਚੰਗੇ ਚੰਗਾ ਹੀ ਕਰੂਗਾ, ਤੁਹਾਡਾ ਕਦੀ ਮਾੜਾ ਨਹੀਂ ਕਰਦਾ। ਜਦੋਂ ਨਾ ਟੈਨਸ਼ਨ ਲੈਣੀ, ਰੋਣ ਦਾ ਤਾਂ ਫਾਇਦਾ ਨਹੀਂ ਕੋਈ, ਉੱਦਾਂ ਰੋ ਲਓ ਮਨ ਨਾਲ ਹਲਕਾ ਹੋ ਜਾਂਦਾ, ਪਰ ਉੱਦਾਂ ਰੋਣ ਦਾ ਨਹੀਂ ਫਾਇਦਾ, ਨੈਗੇਟਿਵ ਸੋਚਣ ਦਾ ਕੋਈ ਫਾਇਦਾ ਨਹੀਂ, ਨਾ ਇਹ ਰੱਬ ਨੂੰ ਬਲੇਮ ਕਰਨ ਦਾ ਕਿ ਫਾਇਦਾ ਰੱਬ ਤੁਸੀਂ ਇੱਦਾਂ ਕੀਤਾ ਤੁਸੀਂ ਨਾ, ਜੋ ਕੀਤਾ ਚੰਗਾ ਕੀਤਾ, ਜੇ ਕੁਛ ਗਲਤ ਹੋਇਆ ਕੀ ਪਤਾ ਰੱਬ ਨੇ ਇਸ ਲਈ ਕੀਤਾ ਹੋਵੇ ਕਿ ਗਾਂਹ ਕੁਛ ਜ਼ਿਆਦਾ ਗਲਤ ਨਾ ਹੋਵੇ, ਜੋ ਹੁੰਦਾ ਚੰਗੇ ਲਈ ਹੁੰਦਾ, ਇਸ ਲਈ ਵਧੀਆ। ਮੈਂ ਤਾਂ ਮੇਰੇ ਨਾਲ ਗਲਤ ਹੁੰਦੇ ਸੌਣ ਲੱਗੇ, ਮੈਂ ਨੇਲ ਲਾਉਂਦਾ ਵਾ ਟੱਚ ਵੁੱਡ, ਮੈਂ ਬਹੁਤ ਵਧੀਆ ਹਾਂ, ਬਹੁਤ ਖੁਸ਼ ਹਾਂ, ਅਤੇ ਰੱਬ ਦੀ ਬਹੁਤ ਜ਼ਿਆਦਾ ਮਿਹਰ ਆ ਮੇਰੇ 'ਚ, ਬਹੁਤ ਜ਼ਿਆਦਾ। ਅੱਜ ਤੱਕ ਜੋ ਮੈਂ ਸੋਚਿਆ ਨਾ ਸਭ ਕੁਛ ਪੂਰਾ ਹੋਇਆ, ਸਭ ਕੁਛ। 6 ਮਹੀਨੇ ਪਹਿਲਾਂ ਪੈਪਸੀ ਜੁਆਇਨ ਕੀਤੀ, ਉਹਨਾਂ ਮੈਂ ਪਲੈਨ ਕਰਨਾ, ਮੈਂ ਕਿਹਾ ਇਹ ਕਰਨਾ, ਅਤੇ ਨੋ ਡਾਊਟ ਉਹ ਗਵਾਹ ਆ ਕਿ ਹਾਂ ਉਹ ਚੀਜ਼ਾਂ ਕੀਤੀਆਂ ਨੇ ਜੋ ਜੋ ਸੋਚਿਆ ਆ, ਜਾਂ ਇਹ ਚੀਜ਼ ਕਰਨੀ ਕਰਨੀ ਆ, ਕੀਤੀ ਵੀ ਆ। ਅਤੇ ਹੁਣ ਥੋੜ੍ਹੇ ਦਿਨ ਪਹਿਲਾਂ ਵੀ ਮੈਂ ਇਹ ਵੀ ਸੋਚਿਆ ਹੋਇਆ ਸੀਗਾ ਕਿ ਹਾਂ ਇਹ, ਮੈਂ ਇਹ ਸੋਚਿਆ ਸੀ ਮੈਂ ਇੰਡੀਆ 'ਚ ਕੁਛ ਕਰਾਂਗਾ ਛੇਤੀ, 6 ਮਹੀਨੇ ਇਹ ਸੋਚਿਆ ਸੀ, ਮੈਂ ਕਿਹਾ ਇਹ 6 ਮਹੀਨੇ ਦੇ ਵਿੱਚ ਨਾ ਇਸ ਸਾਲ ਦੇ ਵਿੱਚ ਸੋਚਿਆ ਸੀਗਾ ਕਿ ਇਸ ਸਾਲ 'ਚ ਮੈਂ ਇੱਦਾਂ ਇੱਦਾਂ ਕਰ ਲੈਣਾ ਕਿ ਆਪਣੇ ਆਪ 'ਚ ਇੰਨਾ ਡਿਵੈਲਪ ਕਰ ਲੈਣਾ ਕਿ ਇੰਨਾ ਕਮਾਉਣ ਲੱਗ ਪਾਵਾਂ ਮੈਂ ਇੱਦਾਂ ਉੱਦਾਂ, ਇਹ ਚੀਜ਼ ਸੋਚੀ ਹੋਈ ਸੀ ਮੈਂ ਪਹਿਲਾਂ ਹੀ। ਨਹੀਂ ਪੋਜ਼ਟਿਵ ਇੱਕ ਵਾਰੀ ਸੋਚ ਲਓ ਨਾ ਕਿ ਇਹ ਚੀਜ਼ ਕਰਨੀ, ਸੋਚ ਲਓ ਕਿ ਮੈਂ ਜੋ ਸੋਚਦਾ ਉਹ ਚੀਜ਼ ਕਰਦਾ ਪਿਆ, ਅਜੇ ਤੱਕ ਰੱਬ ਮੇਰਾ ਬਹੁਤ ਸਾਥ ਦਿੰਦਾ ਪਿਆ ਇਸ ਗੱਲ, ਰੱਬ ਨੇਚਰ ਯੂਨੀਵਰਸ ਜੋ ਵੀ ਕਹਿ ਲਓ ਬਹੁਤ ਜ਼ਿਆਦਾ, ਅਤੇ ਸਭ ਕੁਛ ਕਰਾਂਗੀ। ਵੇਖੋ ਉਹ ਚੀਜ਼ ਸੋਚੀ ਆ ਉਹ ਵੀ ਮੈਂ ਕਰਨੀ ਹੈ, ਉਹ ਮੈਂ ਦੱਸਣੀ ਨਹੀਂ, ਬਸ ਉਹ ਥੋੜ੍ਹਾ ਪਰਸਨਲ ਹੋ ਜਾਏਗਾ। ਸੋ ਗਾਈਸ ਬਥੇਰਾ ਕੁਛ ਸੋਚਿਆ, ਸਭ ਕੁਛ ਕਰਨਾ ਹੈ, ਟਾਈਮ ਸਹੀ ਟਾਈਮ ਦਾ ਉਡੀਕ ਕਰੋ, ਸਿਰਫ ਉਡੀਕ ਨਾ ਕਰੋ ਕੰਮ ਵੀ ਕਰੋ। ਕਹਿੰਦੇ ਨਹੀਂ ਕਿ ਸਬਰ ਕਾ ਫਲ ਕੀ ਮੀਠਾ ਹੋਤਾ ਹੈ, ਸਬਰ ਕਾ ਨਹੀਂ ਬਾਈ ਕਰਮ ਕਾ ਫਲ ਕੀ ਮੀਠਾ ਹੋਤਾ ਹੈ, ਕਰਮ ਕਰੋ ਉਸਕਾ ਫਲ ਮਿਲੇਗਾ। ਸਬਰ ਤਾਂ ਵਿਹਲੇ ਮਹਿੰਦੇ ਹਾਂ, ਬੈਠਿਆਂ ਨੂੰ ਕਹਿਣਾ ਹੀ ਕੁਛ ਦੇ ਜਾਣਾ, ਜੇ ਕਹੋਗੇ ਨਾ ਤੁਹਾਨੂੰ ਬੈਠੇ ਬੈਠੇ ਸਭ ਕੁਝ ਮਿਲ ਜਾਣਾ, ਨਾ ਉੱਠਣਾ ਪੈਣਾ ਹਿੱਲਣਾ ਹੀ ਪੈਣਾ। ਉਹ ਸਿਰਫ ਉਹਦਾ ਰਣਵੀਰ ਕਪੂਰ ਦਾ ਡਾਇਲੋਗ ਸੁਣਿਆ, ਕਹੀਂ ਪਹੁੰਚਣੇ ਕੇ ਲਈ ਕਹੀਂ ਸੇ ਨਿਕਲਣਾ ਬਹੁਤ ਜ਼ਰੂਰੀ ਹੋਤਾ ਹੈ। ਸੋ ਗਾਇਸ ਮੈਂ ਨਿਕਲਿਆ ਆਇਆ ਕਿਤੇ ਪਹੁੰਚਣ ਲਈ, ਅਤੇ ਹੁਣ ਕਿਤੇ ਪਹੁੰਚਾਂਗਾ ਜੀ, ਪਰ ਇਹ ਆ ਉਹ ਜਿਹੜਾ ਟਾਈਮ ਆਉਣਾ ਤੁਹਾਡਾ ਕਿਤੇ ਕਿਤੇ, ਤੁਹਾਨੂੰ ਬੰਨ ਸੁਣੇ ਲੋਕ ਮਿਲਣੇ ਬੰਨ ਸੁਣੀ ਆਲਰੇਡੀ, ਅਤੇ ਤੁਹਾਨੂੰ ਬਹੁਤ ਯਾਦ ਆਉਣੀ ਆਪਦੇ ਘਰ ਦੇ ਲਈ ਬਹੁਤ। ਸੋ ਤੁਹਾਨੂੰ ਨਾ ਉਹ ਸਟਰੋਂਗ ਮਾਇੰਡ ਸੈੱਟ ਚਾਹੀਦਾ ਐਂਡ ਸਟਰੋਂਗ, ਅਤੇ ਬਾਕੀ ਸ਼ਾਂਤ ਸੁਭਾਅ ਚਾਹੀਦਾ। ਆਪਾਂ ਪੰਡਤ ਬਣਦੇ ਬ੍ਰਾਹਮਣ ਸਾਰੇ ਇੱਥੇ ਮੈਨੂੰ ਪੰਡਿਤ ਕਹਿ ਕੇ ਬੁਲਾਉਂਦੇ ਆ, ਪੰਡਿਤ ਜੀ ਸਾਡੇ ਅੰਕਲ ਮਾਲਕ ਹੋਣੀ ਸਾਰੇ ਪੰਡਿਤ ਜੀ ਕਹਿੰਦੇ, ਆਪਾਂ ਵੀ ਸਰਦਾਰ ਜੀ ਕਹਿੰਦੇ, ਹਾਂਜੀ ਨਮਸਤੇ ਅੰਕਲ ਜੀ ਇੱਦਾਂ ਦੇਖ ਲਓ। ਰੋਜ਼ ਸਵੇਰੇ ਜੇ ਅੰਕਲ ਨੇ ਮੈਨੂੰ ਪਹਿਲਾਂ ਦੇਖਿਆ ਉਹਨੇ ਕਹਿਣਾ ਇਹ ਜੈ ਸ਼੍ਰੀ ਰਾਮ ਪੰਡਿਤ ਜੀ, ਜੈ ਸ਼੍ਰੀ ਰਾਮ,
ਜੈ ਸ਼੍ਰੀ ਰਾਮ ਹੀ ਕਹਿੰਦੇ ਸ਼ਾਇਦ, ਹਾਂ ਜੈ ਸ਼੍ਰੀ ਰਾਮ ਪੰਡਿਤ ਜੀ। ਮੈਂ ਉਹਨਾਂ ਕਹਿਣਾ ਸਤਿ ਸ਼੍ਰੀ ਅਕਾਲ ਅੰਕਲ ਜੀ, ਉਹ ਸਰਦਾਰ ਨੇ। ਅਤੇ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਅੰਕਲ ਦੀ ਵੀ, ਕਿ ਸਵੇਰੇ ਸਵੇਰੇ ਪੰਡਿਤ ਜੀ ਕਹਿ ਕੇ ਬਹੁਤ ਇੱਜ਼ਤ ਦੇ ਅੰਕਲ ਨਹੀਂ, ਬਾਕੀ ਭਾਜੀ ਹੋਣੀ ਵੀ ਸਾਰੇ ਬਹੁਤ ਵਧੀਆ ਤਰ੍ਹਾਂ ਬੁਲਾਉਂਦੇ ਆ। ਬਾਕੀ ਜਿਹੜੇ ਨਾਲ ਦੇ ਯਾਰ ਦੋਸਤ ਆ, ਇਹ ਮੈਨੂੰ ਦਰਜੀ ਕਹਿੰਦੇ ਆ, ਕਿਉਂਕਿ ਦਰਜੀ ਮੈਂ ਕੱਪੜੇ ਵੀ ਸੀ ਲੈਂਦਾ, ਤੁਹਾਨੂੰ ਪਤਾ ਮੈਂ ਕੁੜਤਾ ਪਜਾਮਾ ਸੀਤਾ ਸੀ ਆਪਦਾ। ਫਿਰ ਸਹੀ ਆ, ਵਧੀਆ ਚੀਜ਼ ਆ। ਫਿਰ ਇਸ ਗੱਲੋਂ ਮੇਰਾ ਸ਼ਾਂਤ ਸੁਭਾਅ ਆ, ਮੈਂ ਲੜਦਾ ਲੁੜਦਾ ਕਹਿਣਾ ਹੈ ਨਹੀਂ, ਨਾ ਵਾਧੂ ਬੋਲਦਾ ਤਾਂ ਬਹੁਤ ਵਾਧੂ ਆ, ਮੈਂ ਉੱਦਾਂ ਲੜਦਾ ਨਹੀਂ, ਸ਼ਾਂਤ ਆ ਮੈਂ। ਮਤਲਬ ਨਾ ਗੁੱਸਾ ਕੰਟਰੋਲ ਕਰ ਲੈਂਦਾ ਮੈਂ ਆਪਦਾ, ਜਿਵੇਂ ਕਿ ਮੈਨੂੰ ਰਾਤੀ ਬਹੁਤ ਜ਼ਿਆਦਾ ਗੁੱਸਾ ਆਇਆ, ਬਹੁਤ ਹੀ ਜ਼ਿਆਦਾ, ਪਰ ਮੈਂ ਕੰਟਰੋਲ ਕੀਤਾ, ਉਹਦਾ ਮੈਨੂੰ ਫਾਇਦਾ ਬਹੁਤ ਹੋਇਆ। ਅਤੇ ਆਪਦੇ ਗੁੱਸੇ 'ਤੇ ਕੰਟਰੋਲ ਕਰਨਾ ਆਉਣਾ ਚਾਹੀਦਾ ਬੰਦੇ ਨੂੰ, ਜੋ ਕਿ ਮੇਰੀ ਕਲਾ ਹੈ। ਮੈਂ ਬਹੁਤ ਕੰਟਰੋਲ ਕਰਦਾ, ਬਹੁਤ ਖੁਸ਼ ਰਹਿੰਦਾ। ਵਧੀਆ ਗਾਈਸ, ਹੋਰ ਮੈਂ ਕੀ ਕਹਾਂ, ਲੱਗਦਾ ਮੈਨੂੰ ਐਂਡ ਕਰਨੀ ਚਾਹੀਦੀ ਵੀਡੀਓ, ਬਹੁਤ ਬਕਵਾਸ ਕੀਤੀ ਤੁਸੀਂ, ਬੋਲਦਾ ਹੋ ਗਿਆ ਮੇਰੀ ਗੱਲਾਂ ਸੁਣ ਸੁਣ ਕੇ। ਬਾਕੀਆਂ ਦਾ ਪਤਾ ਨਹੀਂ, ਚੱਲ ਉਹ ਮਾਤਾ ਨੇ ਮੇਰੀਆਂ ਗੱਲਾਂ ਸੁਣੀਆਂ, ਉਹਨਾਂ ਨੇ ਬੜਾ ਖੁਸ਼ ਹੋਣਾ, ਚਾਚੀ ਹੋਣਾ ਨੇ ਸੁਣੀਆਂ, ਉਹਨਾਂ ਨੇ ਬੜਾ ਖੁਸ਼ ਹੋਣਾ, ਭੂਆ ਜੀ ਹੋਣਾ ਨੇ ਵੀ ਬੜੇ ਖੁਸ਼ ਹੋਣਾ, ਬਾਕੀ ਮਾਮੂ ਹੋਣੀ ਸੁਣੂਗੀ, ਉਹਨਾਂ ਵੀ ਬੜੇ ਖੁਸ਼ ਹੋਣਾ ਇਹ ਗੱਲਾਂ ਸੁਣ ਕੇ। ਮੈਡਮ ਆ ਮੇਰੇ, ਮੈਡਮ ਹੋਣੀ ਹੋ ਗਏ, ਹਾਂ ਬਾਕੀ ਸਾਰਿਆਂ ਨੇ ਬੜੇ ਖੁਸ਼ ਹੋਣਾ ਇਹ ਗੱਲਾਂ ਸੁਣ ਕੇ ਮੇਰੀਆਂ, ਕਿ ਮੈਂ ਚੰਗਾ ਬੰਦਾ ਚੰਗੀਆਂ ਗੱਲਾਂ ਕਰਦਾ। ਬਾਕੀ ਜਿਹੜੇ ਨੌਜਵਾਨ ਪਬਲਿਕ ਆ, ਉਹਨਾਂ ਦਾ ਮੈਂ ਕੁਛ ਕਹਿ ਨਹੀਂ ਸਕਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਵੀ ਉੱਦਾਂ ਖੁਸ਼ੀ ਹੋਊਗੀ ਮੇਰੀ ਵੀਡੀਓ ਦੇਖ ਕੇ ਸ਼ਾਇਦ, ਪਤਾ ਨਹੀਂ। ਪਰ ਜਿਹੜੇ ਮੇਰੇ ਮਤਲਬ ਹੈਗੇ ਲਾਗੇ ਛਾਗੇ ਦੇ ਬੰਦੇ, ਉਹ ਸਾਰਿਆਂ ਨੂੰ ਬੜੀ ਖੁਸ਼ੀ ਹੋਊਗੀ ਮੇਰੀ ਵੀਡੀਓ ਦੇਖ ਕੇ ਗੱਲਾਂ ਸੁਣ ਕੇ। ਅਤੇ ਗਾਈਸ ਇਹ ਟੀ ਸ਼ਰਟ, ਯੂ ਨੋ ਦਿਸ ਟੀ ਸ਼ਰਟ ਇਜ਼ ਗਿਫਟਡ, ਇਹ ਗਿਫਟਡ ਟੀ ਸ਼ਰਟ ਆ, ਅਤੇ ਇਹੀ ਮੈਂ ਬਹੁਤ ਪਾ ਰਿਹਾ, ਬਹੁਤ ਘਸਾ ਰਿਹਾ, ਅਤੇ ਮੈਨੂੰ ਗਿਫਟ ਬਹੁਤ ਪਸੰਦ ਆ ਗਾਈਸ। ਮੇਰਾ ਬਰਥਡੇ ਆਉਣ ਵਾਲਾ, ਭੇਜ ਦਿਓ ਗਿਫਟ, ਪੈਸੇ ਨਹੀਂ ਭੇਜਣੇ, ਗਿਫਟ ਭੇਜਦੇ ਆ, ਪੈਸਾ ਤਾਂ ਉੱਦੀ ਬਹੁਤ ਆ, ਮੌਕਦਾ ਹੀ ਨਹੀਂ। ਯੈਸ ਗਿਫਟ ਭੇਜ ਦਿਓ ਮੈਨੂੰ ਯਾਰ, ਮੇਰੇ ਕੋਲ ਕਿੰਨੇ ਸਾਰੇ ਗਿਫਟਸ ਪਏ ਸੀ ਘਰੇ, ਮੈਂ ਲੈ ਕੇ ਨਹੀਂ ਆਇਆ, ਹੁਣ ਮੈਂ ਉਹ ਕੋਰੀਅਰ ਕਰਾ ਕੇ ਮੰਗਾਊਂਗਾ, ਤਾਂ ਕਿ ਮੈਂ ਜਦੋਂ ਵੀ ਕਿਸੇ ਦੀ ਦਿੱਤੀ ਚੀਜ਼ ਦੇ ਨਾਲ ਕੁਛ ਯੂਜ਼ ਕਰਾਂ, ਮਤਲਬ ਕਿਸੇ ਦਿੱਤੀ ਚੀਜ਼, ਜਿਵੇਂ ਕਿ ਦੀਪਕਾ ਦੀਦੀ ਆ ਆਪਣੇ ਲੁਧਿਆਣੇ ਵਾਲੇ, ਉਹਨਾਂ ਨੇ ਮੈਨੂੰ ਕੱਪ ਗਿਫਟ ਕੀਤਾ ਸੀਗਾ, ਮੈਂ ਨੋ ਡਾਊਟ ਮੈਂ ਨੂਰ ਮਹਿਲ ਤੋਂ ਉਹੀ ਕੱਪ ਨਾਲ ਪੀਂਦਾ ਰਿਹਾ, ਜੋ ਖਾਣਾ ਪੀਣਾ ਉਹੀ ਆਪਣਾ। ਅਤੇ ਬਾਅਦ 'ਚ ਮੈਂ ਜਲੰਧਰ ਸ਼ਿਫਟ ਹੋ ਗਿਆ, ਫਿਰ ਉਹ ਕੱਪ ਘਰੇ ਰਹਿ ਗਿਆ, ਹੁਣ ਮੈਂ ਉਹ ਮੰਗਾਉਣਾ ਕੀਤਾ ਕਿ ਜਦੋਂ ਵੀ ਮੈਂ ਪੀਵਾਂ ਮੈਨੂੰ ਉਹਨਾਂ, ਮੈਂ ਉਹਨਾਂ ਨੂੰ ਯਾਦ ਕਰਾਂ, ਫਿਰ ਸਾਰੇ ਬੰਦੇ ਆਪ ਹੀ ਨਾ ਗਿਫਟ ਦੇ ਦਿਓ, ਫਿਰ ਮੈਂ ਉਹ ਚੀਜ਼ ਯੂਜ਼ ਕਰੂੰਗਾ, ਫਿਰ ਮੈਨੂੰ ਉਹ ਚੀਜ਼ ਯੂਜ਼ ਕਰਕੇ ਬੜੀ ਖੁਸ਼ੀ ਮਿਲੂਗੀ, ਮੈਂ ਖੁਸ਼ੀ ਨਹੀਂ ਮਤਲਬ ਯਾਦ ਆਊਗਾ ਕਿ ਹਾਂ ਚੀਜ਼ ਇਹਨੇ ਦਿੱਤੀ ਆ। ਅਤੇ ਕੱਪ ਕੋਈ ਨਾ ਭੇਜੀਓ, ਮੈਂ ਇੱਕ ਬੰਦੇ ਦੀ ਇੱਕ ਚੀਜ਼ ਹਮੇਸ਼ਾ ਲਈ ਯੂਜ਼ ਕਰਦਾ, ਅਤੇ ਉਹ ਕੱਪ ਦੀਪਕਾ ਦੀ ਤਾਂ ਪੱਕਾ ਹੀ ਆ, ਉਹੀ ਮੈਂ ਯੂਜ਼ ਕਰਨਾ, ਹੋਰ ਚੀਜ਼ਾਂ 'ਚ ਭੇਜਿਓ, ਠੀਕ ਆ। ਜਿਵੇਂ ਕਿ ਆਹ ਟੀ ਸ਼ਰਟ ਕਿਸੇ ਨੇ ਦਿੱਤੀ ਸੀ, ਮੈਂ ਜਦੋਂ ਪਾਉਣਾ ਮੈਨੂੰ ਯਾਦ ਆ ਜਾਂਦੀ ਕਿਸੇ ਦੀ, ਅਤੇ ਆਹ ਕੜਾ ਦੀਪਕਾ ਨੇ ਦਿੱਤਾ, ਫਿਰ ਮੈਂ ਜਦੋਂ ਪਾਉਣਾ ਕੜਾ ਯਾਦ ਆ, ਦੀਪਕਾ ਯਾਦ ਆ ਜਾਂਦੀ, ਐਨਕ ਵੀ ਕਿਸੇ ਦੀ ਪਸੰਦ ਆ। ਇੱਦਾਂ ਇੱਦਾਂ ਹੀ ਚੀਜ਼ਾਂ ਗਿਫਟ ਕਰੋ, ਮੈਂ ਤੁਹਾਨੂੰ ਉਹ ਯਾਦ ਕਰੂੰਗਾ, ਠੀਕ ਹੈ। ਹੋਰ ਮੇਰੇ ਤੋਂ ਐਕਸਪੈਕਟ ਨਾ ਕਰਿਓ ਕੁਛ, ਮੈਂ ਥੋੜ੍ਹਾ ਹੋ ਸਕਦਾ ਬੰਦਾ, ਮੈਂ ਪੈਸੇ ਨਹੀਂ ਖਿੱਚਦਾ ਉੱਦਾਂ, ਮਤਲਬ ਮੈਂ ਸਮਝ ਜਾਓ, ਮੈਂ ਬੜਾ ਹੋ ਸਕਦਾ ਬੰਦਾ, ਬਹੁਤ ਘੱਟ ਮੈਂ ਖਿੱਚਦਾ, ਉੱਦਾਂ ਖਿੱਚਦਾ ਹੀ ਬਹੁਤ ਆ, ਮੈਂ ਬਹੁਤ ਘੱਟ ਵੀ ਖਿੱਚਦਾ, ਹੁਣ ਸਮਝ ਜਾਓ ਮੈਂ ਕਿਹੜੇ ਵੇਚ ਕਹਿ ਰਿਹਾ, ਮੈਨੂੰ ਐਕਸਪਲੇਨ ਕਰਨਾ ਨਹੀਂ ਆਉਣਾ, ਮਤਲਬ ਮੈਂ ਪੈਸੇ ਖਰਚਦਾ, ਬਹੁਤ ਖਰਚਦਾ, ਸੈਲਰੀ ਨਹੀਂ ਬਚਦੀ ਮੇਰੇ ਕੋਲ ਕਦੀ ਵੀ। ਜਿਵੇਂ ਕਿ ਹੁਣ ਮੈਨੂੰ ਦੁੱਖ ਹੋ ਰਿਹਾ ਕਿ ਪੈਪਸੀ 'ਚ 12,000 ਸੀ, ਉਹ ਮੈਂ ਇੱਦਾਂ ਉਡਾਉਂਦਾ ਸੀਗਾ, ਅਤੇ ਹੁਣ ਇੱਥੇ ਜਿੰਨੀ ਮਿਲੀ ਉਹ ਮੈਂ ਇੱਦਾਂ ਉਡਾਉਂਦੀ, ਹੁਣ ਅਕਾਊਂਟ ਖਾਲੀ ਆ, ਕੀ ਸੋਚ ਕੇ
ਸਾਲੀ ਟਸਲ ਦੀ ਟਿਕਣੀ ਨਹੀਂ ਮੇਰੇ ਤੋਂ, ਤਾਂ ਕਰਕੇ ਗਾਈਸ ਹੁਣ ਮੇਰੇ ਕੋਲ ਹੈ ਨਹੀਂ ਕੁਛ। ਇਸ ਮਹੀਨੇ ਮੇਰੇ ਤੋਂ ਕੋਈ ਗਿਫਟ ਐਕਸਪੈਕਟ ਨਹੀਂ ਕਹਿੰਦਾ। ਕਿਹੜਾ ਮਹੀਨਾ ਹੈ? ਸਪਤੰਬਰ ਚੱਲਦਾ ਅਕਤੂਬਰ। ਓ ਸ਼ਿਟ ਮੈਨ, ਮੈਂ ਪੈਸੇ ਖਰਚਤੇ, ਮੈਨੂੰ ਅਕਤੂਬਰ 'ਚ ਬਹੁਤ ਜ਼ਿਆਦਾ ਲੋੜ ਸੀ ਪੈਸਿਆਂ ਦੀ। ਚਲੋ ਦੇਖੋ ਆਪਾਂ ਪਹਿਲਾਂ ਭਾਜੀ ਤੋਂ ਕਹਿ ਕੇ ਥੋੜ੍ਹੇ ਜਿਹੇ ਉਧਾਰੇ ਲੈ ਲਵਾਂਗੇ। ਭਾਜੀ ਥੋੜ੍ਹਾ ਉਧਾਰ ਦੇ ਦਿਉ ਮੈਨੂੰ, ਥੋੜ੍ਹੇ ਪੈਸੇ ਚਾਹੀਏ, ਮੁਝੇ ਥੋੜ੍ਹਾ ਪੈਸਾ ਚਾਹੀਏ ਗਾਈਸ। ਸੋ ਆਹੋ ਯਾਰ, ਅਕਤੂਬਰ 'ਚ ਤਾਂ ਮੈਨੂੰ ਬਹੁਤ ਪੈਸੇ ਚਾਹੀਦੇ, ਥੋੜ੍ਹੇ ਨਹੀਂ। ਅਤੇ ਅਕਤੂਬਰ ਦਾ ਸਿਸਟਮ ਇੱਦਾਂ ਕਿ ਮੇਰੀ ਸੈਲਰੀ ਮੇਰੇ ਅਕਾਊਂਟ 'ਚ ਮੇ ਬੀ 20 ਤਰੀਕ ਤੋਂ ਪਹੁੰਚੂਗੀ, 20 ਅਕਤੂਬਰ। ਇੰਨਾ ਕੁਛ ਨਿਕਲ ਜਾਣਾ ਉਦੋਂ। 3 ਤਰੀਕ ਨੂੰ ਕੀ ਆ, 3 ਤਰੀਕ ਨੂੰ ਨੂੰਹ ਦਾ ਬਰਡੇ, 4 ਨੂੰ, 4 ਨੂੰ ਵੀ ਹੈਗਾ ਕਿਸੇ ਦਾ ਬਰਡੇ, ਫਿਰ 13 ਤਰੀਕ ਨੂੰ ਮਿੱਠੂ ਦਾ ਬਰਡੇ, ਫਿਰ 23 ਤਰੀਕ ਨੂੰ ਦੀਪਕਾ ਦਾ ਬਰਡੇ। ਹੋਰ ਅਕਤੂਬਰ 'ਚ ਹੈਗਾ ਕਿਸੇ ਦਾ? ਨਹੀਂ ਹੋਰ ਹੈ ਨਹੀਂ ਕੋਈ ਅਕਤੂਬਰ ਦਾ, ਸ਼ਾਇਦ ਹੋਵੇ, ਮੈਨੂੰ ਨਾ ਯਾਦ ਹੋਵੇ। ਹਾਂ ਫਿਰ ਗਾਈਸ, ਫਿਰ ਪਹਿਲੇ ਵਾਲੇ ਤਾਂ ਸਾਰੇ ਨਿਕਲ ਜਾਣੇ ਯਾਰ। ਸੈਲਰੀ ਐਡੀ ਲੇਟ ਪਹੁੰਚਣੀ ਯਾਰ, ਕੋਈ ਨਹੀਂ, ਕੋਈ ਤਾਂ ਅਰੇਂਜਮੈਂਟ ਕਰਾਂਗੇ, ਜੁਗਾੜ ਲਿਆਵਾਂਗੇ ਕੋਈ ਤਾਂ। ਬਾਕੀ ਰੱਬ ਰੱਖ, ਦੇਖੋ ਕੀ ਹੁੰਦਾ। ਚਾਹਾਂ ਤਾਂ ਮੈਂ ਤਾਂ 8-9 ਨੂੰ ਵੀ ਭੇਜ ਸਕਦਾ, ਪਰ 8-9 ਨੂੰ ਵੀ ਯਾਰ ਨਿਕਲ ਹੀ ਜਾਣਾ। ਚਲੋ ਦੇਖਦੇ ਹਾਂ, ਅਗਲੇ ਮਹੀਨੇ ਪਤਾ ਲੱਗ ਜੂ। ਹੋਰ ਤਾਂ ਹੁਣ ਆਪਾਂ ਜੋ ਜੋ ਚੀਜ਼ ਹਲੇ ਹੋਈ ਨਹੀਂ ਉਹਦੇ ਬਾਰੇ ਸੋਚ ਕੇ ਕੋਈ ਫਾਇਦਾ ਨਹੀਂ, ਜੋ ਚੀਜ਼ ਹੋ ਚੁੱਕੀ ਬਦਲ ਨਹੀਂ ਸਕਦੇ ਉਹਦੇ ਬਾਰੇ ਵੀ ਸੋਚ ਕੇ ਕੋਈ ਫਾਇਦਾ ਨਹੀਂ। ਬੀ ਇਨ ਪ੍ਰੈਜੈਂਟ, ਖੁਸ਼ ਰਹੋ। ਹਾਂ ਮੈਂ ਇਹੀ ਇੱਥੇ ਵੀ ਸਲਾਹ ਦਿੰਦਾ ਜਦੋਂ ਨਾ, ਜਿੱਦਾਂ ਆਕਾਸ਼ ਕਈ ਵਾਰੀ ਕਹਿੰਦਾ ਹੁੰਦਾ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ ਸਿੱਧੇ, ਮੈਂ ਹੁਣ ਫਾਇਦਾ ਕੋਈ ਸੋਚ ਕੇ ਹੋ ਸਕਦਾ ਕੋਈ ਨਹੀਂ ਨਾ, ਇਹ ਚਿੱਲ ਮਾਲ ਜਿੱਦਾਂ ਚੱਲਦਾ ਚੱਲਣ ਦੇ ਇੱਦਾਂ ਹੀ ਕਹਿ ਕੇ ਮੈਂ ਸਲਾਹ ਦਿੰਦਾ। ਉਹ ਵੀ ਮੇਰੇ ਮੂੰਹ ਵੱਲ ਦੇਖਦਾ, ਵੱਡਾ ਗਿਆਨੀ ਬਣਦਾ ਫਿਰਦਾ ਕਿ ਇਹਨੇ ਖਾਗੂ ਲੈਣੀ ਹੈ। ਫਿਰ ਬਾਅਦ 'ਚ ਜੇ ਕਿਤੇ ਕਿਤੇ ਯਾਰ ਮੈਂ ਬਹੁਤ ਘੱਟ ਕਰਦਾ, ਮੈਂ ਕਿਤੇ ਯਾਰ ਇੱਦਾਂ ਕਰਨਾ ਸੀ, ਹੁਣ ਤਾਂ ਹੋ ਨਹੀਂ ਸਕਦਾ ਕੁਛ, ਹੁਣ ਕੀ ਫਾਇਦਾ ਸੋਚ ਕੇ। ਫਿਰ ਉਹ ਮੈਨੂੰ ਇੱਦਾਂ ਟਾਜ ਵਾਰਦਾ ਹੁੰਦਾ, ਹੈਗਾ ਆਹੋ ਨਹੀਂ ਹੋ ਸਕਦਾ। ਫਿਰ ਮੈਂ ਫਿਰ ਆਪਣੀ ਵਾਈਫ 'ਚ, ਹਾਂ ਨਹੀਂ ਹੋ ਸਕਦਾ, ਠੀਕ ਆ, ਖੁਸ਼ ਹਾਂ ਮੈਂ, ਪੋਜ਼ਿਟਿਵ ਹੀ ਰਹਿੰਦਾ, ਪੋਜ਼ਿਟਿਵ ਰਹਿਣਾ ਚਾਹੀਦਾ ਗਾਈਸ। ਪਾਂਡਤ ਵੰਡੇ ਆ ਯਾਰ, ਮੈਨੂੰ ਤਾਂ ਬੜਾ ਉਹ ਗਰੂਰ ਹੋ ਰਿਹਾ ਆਪਣੇ ਪਾਂਡਤ ਆ, ਮੈਂ ਪਾਂਡਤ। ਇੱਥੇ ਜਿੱਦਾਂ ਨਾ ਕੱਲ੍ਹ ਬਸ, ਮਤਲਬ ਇੱਥੇ ਮੀਂਹ ਨਹੀਂ ਪੈ ਰਿਹਾ, ਬੱਦਲ ਹੁੰਦੇ ਚਲ ਜਾਂਦੇ, ਸਾਨੂੰ ਭੇਜ ਜਾਂਦੇ ਅਸੀਂ ਥੋੜ੍ਹੇ ਥੋੜ੍ਹੇ, ਬੱਦਲ ਨਿਕਲ ਜਾਂਦੇ। ਭਾਈ ਕਹਿੰਦੇ ਕਹਿੰਦੇ ਲੱਗਦਾ ਪੰਡਿਤ ਨੂੰ ਕੰਜਕਾ 'ਚ ਬਿਠਾਉਣਾ ਪੈਣਾ, ਇਹਨੂੰ ਰੋਟੀ ਰੋਟੀ ਖਵਾਉਣੀ ਪੈਣੀ, ਫੇਰ ਹੀ ਮੀਂਹ ਪੈਣਾ, ਉੱਦਾਂ ਹੀ ਪੈਣਾ। ਮੈਂ ਕਿਹਾ ਹਾਂਜੀ ਜ਼ਰੂਰ, ਮੈਂ ਤਿਆਰ ਹਾਂ, ਮੈਂ ਕਿਹਾ ਦੱਸ ਵਿੱਚ ਕੀ। ਅਤੇ ਬਹੁ ਖਾਪਾ ਜੀ ਗਈ, ਚੇਲਾ ਮਜ਼ੇ ਆ, ਅਤੇ ਏਡਾ ਖਿੜਿਆ ਮੈਂ ਤਾਂ ਹੀ ਆ ਕਿਉਂਕਿ ਮੇਰੇ ਕੋਲ ਪੈਸਾ ਆਇਆ ਸੀ ਅਤੇ ਮੈਂ ਖਰਚਦਾ ਗਾਈਸ। ਆਹੋ ਪੈਸਾ ਕਮਾਉਣਾ ਜ਼ਰੂਰੀ ਨਹੀਂ ਹੈਗਾ, ਪੈਸਾ ਖਰਚਣਾ ਜ਼ਰੂਰੀ ਆ। ਮੈਂ ਮੇਰੀ ਥਿੰਕਿੰਗ ਆ, ਜਦੋਂ ਨਾ ਬੰਦਾ ਪੈਸਾ ਕਮਾਉਂਦਾ, ਕਮਾ ਕੇ ਜੋੜਦਾ ਰਹਿੰਦਾ, ਬੰਦੇ ਨੂੰ ਖੁਸ਼ੀ ਨਹੀਂ ਮਿਲਦੀ ਜਿਵੇਂ ਕਿ ਮੈਨੂੰ ਨਹੀਂ ਮਿਲਦੀ। ਬਾਕੀਆਂ ਦਾ ਪਤਾ ਨਹੀਂ, ਮੈਂ ਆਪ ਦੀ ਗੱਲ ਕਰਦਾ ਪਿਆ, ਮੇਰੇ ਵਰਗੇ ਬੰਦਿਆਂ ਦੀ ਇਹ ਖੁਸ਼ੀ ਨਹੀਂ ਮਿਲਦੀ। ਤਾਂ ਬੰਦਾ ਪੈਸਾ ਕਮਾਉਂਦਾ ਅਤੇ ਪੈਸੇ ਨੂੰ ਖਰਚਦਾ, ਫਿਰ ਬੰਦੇ ਨੂੰ ਖੁਸ਼ੀ ਮਿਲਦੀ, ਸੈਟਿਸਫੈਕਸ਼ਨ ਮਿਲਦੀ। ਹਾਂ ਮਜ਼ਾ ਆ ਰਿਹਾ, ਅਤੇ ਪੈਸਾ ਖਰਚ ਕੇ ਬੰਦੇ ਨੂੰ ਬਹੁਤ ਖੁਸ਼ੀ ਮਿਲਦੀ ਆ। ਨੋ ਇਹ ਨਹੀਂ ਕਹਿੰਦਾ ਪੈਸਾ ਸਾਰੇ ਖਰਚੋ, ਥੋੜ੍ਹੇ ਬਹੁਤ ਬਚਾਓ, ਪਰ ਖਰਚੋ ਜ਼ਰੂਰ। ਇਹ ਨਹੀਂ ਕਿ ਆਪਣੀ ਸੈਲਰੀ ਹੈ ਸਾਰੀ ਬਚਾਉਣੀ, ਮੈਂ ਕਦੀ ਨਾ ਬਚਾਵਾਂ, ਨਾ ਮੈਂ ਬਚਾਉਣੀ ਹੈਗਾ ਸੈਲਰੀ ਨਹੀਂ, ਮੈਂ ਇੱਦਾਂ ਲਾਉਣੀ, ਕਿਉਂਕਿ ਜੋ ਖੁਸ਼ ਤੁਹਾਨੂੰ ਖਰਚ ਕੇ ਮਿਲੂਗੀ ਨਾ, ਤੁਸੀਂ ਤਾਂ ਉਹ ਗੱਲਾਂ ਹੀ ਛੱਡ ਦਿਉ, ਉਹਦੀ ਬਹੁਤ ਖੁਸ਼ੀ ਮਿਲਦੀ ਗਾ ਪੈਸੇ ਖਰਚ ਕੇ। ਅਤੇ ਸੈਲਰੀ ਪੈਪਸੀ 'ਚ ਵੀ ਆਉਂਦੀ ਸੀ ਨਾ,
ਜੇ ਮੈਂ ਇੱਕ ਸੈਲਰੀ ਨਹੀਂ ਭੇਜੀ ਹੋਣੀ ਪੈਪਸੀ ਦੀ ਘਰ, ਸ਼ਾਇਦ ਹੀ ਭੇਜੀ ਹੋਵੇ ਸ਼ਾਇਦ ਨਹੀਂ। ਗਾਇਸ ਮੈਂ ਇੱਥੇ ਆਇਆ ਸੱਚ, ਇੱਕ ਹੋਰ ਗੱਲ ਦੱਸਾਂ ਗਾਇਸ, ਮੈਨੂੰ ਲਾਸਟ ਵਾਰ ਸੈਲਰੀ ਆਈ ਮੇਰੀ ਪੈਪਸੀ ਦੀ, ਇਸ ਵਾਰ ਫਿਰ ਸੈਲਰੀ ਆਈ ਪੈਪਸੀ 'ਚ, ਡੇਢ ਮਹੀਨੇ ਮੈਨੂੰ ਛੱਡੇ ਤਾਂ ਹੋ ਗਿਆ। ਫਿਰ ਜਿੱਦਾਂ ਗਾਇਸ ਇਹ ਜਦ ਮੈਂ ਬਾਹਰ ਆਇਆ ਇੱਥੇ, ਫਿਰ ਜਿੰਨੀ ਪੈਸੇ ਆਉਂਦੇ ਪੈਪਸੀ ਵਾਲੇ ਉਹ ਮੈਂ ਭੇਜ ਦਿੰਦਾ ਉਹਨਾਂ ਘਰ, ਉਦੋਂ ਮੈਂ ਪੈਸੇ ਨਹੀਂ ਭੇਜੇ ਘਰ, ਅਤੇ ਜਿਹੜੇ ਪੈਸੇ ਨਾ ਜਿਹੜੀ ਖੁਸ਼ੀ ਪੈਸੇ ਖਰਚ ਕੇ ਮਿਲਦੀ ਹੋਰ ਕਿਸੇ ਕੰਮ 'ਚ ਨਹੀਂ ਮਿਲਦੀ। ਪੈਸੇ ਕਮਾਓ ਪਰ ਖਰਚੋ ਵੀ, ਕਿਉਂ ਯਾਰ ਲਾਈਫ ਇਜ਼ ਅਨਐਕਸਪੈਕਟਡ, ਤੁਹਾਨੂੰ ਨਹੀਂ ਪਤਾ ਕਦੋਂ ਕੀ ਹੋਣਾ। ਮਤਲਬ ਮੈਂ ਨੈਗੇਟਿਵ ਵੇ 'ਚ ਨਹੀਂ ਕਹਿ ਰਿਹਾ ਕਿ ਹਾਂ ਕੁਛ ਉੱਦਾਂ ਦਾ, ਕੁਛ ਨਹੀਂ ਉੱਦਾਂ ਕਿ ਮੰਨ ਲਓ ਅੱਜ ਮੈਂ ਅਤੇ ਮੇਰਾ ਦੋਸਤ ਇਕੱਠੇ ਹਾਂ, ਕੱਲ੍ਹ ਸਾਡਾ ਵੀ ਨਹੀਂ ਪਤਾ ਅਸੀਂ ਇਕੱਠੇ ਹੋਣਾ ਕਿ ਨਹੀਂ। ਫਿਰ ਪੈਸੇ ਹੈਗੇ, ਚਿੱਲ ਮਾਰੋ ਇਕੱਠੇ, ਮੈਮਰੀਜ਼ ਬਣਾਓ, ਕੀ ਪਤਾ ਕੱਲ੍ਹ ਆਪਾਂ ਇਕੱਠੇ ਹੋਈਏ ਨਾ। ਉਹ ਨਹੀਂ ਕਹਿੰਦੇ ਕੱਲ੍ਹ ਹੋਣਾ, ਉਹ ਤਾਂ ਚਲੋ ਹੋਊਗਾ ਰੱਬ ਜੀ ਜਿੰਨੀ ਲਿਖੀ ਉਹਨੇ ਤਾਂ ਲਿਖੀ ਆ, ਪਰ ਕੀ ਪਤਾ ਆਹ ਮੂਮੈਂਟ ਕੱਲ੍ਹ ਨਾ ਹੋਵੇ। ਅਤੇ ਜਵਾਨੀ ਕੱਲ੍ਹ ਨਹੀਂ ਮਿਲਣੀ ਗਾਇਸ, ਇੱਕ ਵਾਰੀ ਜਵਾਨੀ ਨਿਕਲ ਗਈ ਨਿਕਲ ਗਈ, ਜਵਾਨੀ ਜਿੰਨੀ ਅਸ਼ਕ ਨਹੀਂ ਕਰੋ, ਰੱਜ ਕੇ ਘੁੰਮੋ ਫਿਰੋ। ਮੈਂ ਵੀ ਆ ਗਿਆ ਬਸ ਥੋੜ੍ਹਾ ਟਾਈਮ, ਮਤਲਬ ਇਹ ਨਹੀਂ ਕਿ ਸਿਰਫ ਘੁੰਮੋ ਫਿਰੋ, ਕਮਾਓ ਫਿਰ ਘੁੰਮੋ, ਜੋ ਆਪਣੇ ਪੈਸੇ 'ਤੇ ਘੁੰਮਣ ਦਾ ਮਜ਼ਾ ਲੱਗ ਗਈ ਆ। ਬਸ ਮੇਰੀਆਂ ਤਾਂ ਪੈਪਸੀ ਸੀਗਾ ਅਭੀ ਹੁਣਾਂ ਨਾਲ ਇੱਧਰ ਟਿਪਸ ਬਣਦੀ ਸੀ, ਅੱਜ ਸੈਲਰੀ ਵੀ ਨਹੀਂ ਆਈ। ਨਾਨੂ ਭਾਈ ਹੁੰਦੇ ਸੀ ਸਾਡੇ ਕੈਸ਼ੀਅਰ, ਉਹਨਾਂ ਕੋਲ ਪੋ ਪਿਆ, ਹੁਣ ਸਲਾਹ ਕੀਤੀ ਕੰਮ 'ਤੇ ਬੈਠੇ ਬੈਠੇ ਕਿ ਹਾਂ ਕਿੱਦਾਂ ਚਲੀਏ ਸ਼ਾਮ ਨੂੰ, ਮੰਥ ਐਂਡ 'ਚ ਹੀ, ਮੰਥ ਐਂਡ 'ਚ ਜੇਬ ਖਾਲੀ ਸਾਰਿਆਂ ਨੇ, ਚਲੀਏ ਸ਼ਾਮੀ। ਚਲੋ ਟ੍ਰੇਨ ਦੀ ਟਿਕਟ ਵੀ ਨਹੀਂ ਬੁੱਕ ਹੋਈ, ਅਸੀਂ ਖੜ੍ਹੇ ਹੋ ਕੇ ਚਲ ਗਏ ਵੈਸ਼ਨੋ ਦੇਵੀ, ਤੁਸੀਂ ਮੇਰਾ ਬਲੌਗ ਦੇਖਿਆ ਹੋਣਾ ਕਿ ਇੱਦਾਂ ਪਲੈਨ ਬਣਿਆ, ਅਤੇ ਚਲ ਗਏ ਪੈਸੇ ਸਾਰੇ ਤੁਹਾਨੂੰ ਭਾਈ ਨੇ ਖਰਚੇ, 3 ਤਰੀਕ ਨੂੰ ਸੈਲਰੀ ਮਿਲੀ, ਆਪਾਂ ਪਹਿਲਾਂ ਭਾਈ ਦੇ ਪੈਸੇ ਮੋੜੇ। ਪਰ ਇੱਦੀ ਕਹਿੰਦਾ ਜਿਹੜਾ ਗਾਇਸ ਪੈਸੇ ਪਤਾ ਤੁਹਾਨੂੰ, ਜੇ ਪੈਸੇ ਆਉਣੇ ਨਾ ਖਰਚ ਤੋਂ ਪਹਿਲਾਂ ਵੀ ਖਰਚ ਤੋਂ ਕੋਈ ਚੱਕਰ ਨਹੀਂ, ਪਤਾ ਉਦੋਂ ਆ ਹੀ ਜਾਣੇ, ਇੱਦਾਂ ਦੇ ਦੇਣੇ ਸਾਰੇ ਵੀ ਨਾ ਖਰਚੋ, ਬਸ ਇੱਦਾਂ ਸਰਕਲ ਚਲਾਉਣ ਦਿਓ, ਮਹੀਨੇ ਕੁ ਬਾਅਦ ਘੁੰਮਣ ਤੁਰੇ ਰਹੋ, ਮਾਇੰਡ ਫਰੈਸ਼ ਰਹਿੰਦਾ, ਚਿੱਲ ਰਹਿੰਦਾ। ਮੈਂ ਤਾਂ ਚਲੋ ਕਾਸ਼ ਕਰਨ ਯੋਗਾ ਨਹੀਂ ਹੈਗਾ, ਤਾਂ ਕੁਛ ਕਰਨ ਯੋਗਾ ਨਹੀਂ ਹੈਗਾ, ਇੱਥੇ ਕਰ ਵੀ ਨਹੀਂ ਸਕਦਾ, ਕਿੱਥੇ ਜਾਊਂਗਾ ਯਾਰ ਮੈਂ। ਪਹਿਲੀ ਗੱਲ ਮੈਨੂੰ ਇਕੱਲਾ ਘੁੰਮਣ ਦਾ ਨਹੀਂ ਸ਼ੌਕ, ਦੂਜੀ ਗੱਲ ਇੱਥੇ ਰਹਿੰਦਾ ਹੀ ਪਹਾੜਾਂ 'ਚ ਮੈਂ, ਅਤੇ ਇੱਥੇ ਹੋਰ ਕੀ ਘੁੰਮਣਾ, ਅਤੇ ਤੀਜੀ ਗੱਲ ਕੀ, ਮੈਨੂੰ ਧਾਰਮਿਕ ਸਥਾਨਾਂ 'ਚ ਜਾਣ ਦਾ ਸ਼ੌਕ, ਇੱਥੇ ਨਹੀਂ ਲੱਭਦੇ। ਚੌਥੀ ਗੱਲ, ਮੈਂ ਪੈਸੇ ਖਰਚਣਾ ਤਾਂ ਸਿਰਫ ਗਿਣੇ ਚੁਣੇ ਬੰਦਿਆਂ ਨਾਲ, ਬਹੁਤ ਘੱਟ, ਉੱਦਾਂ ਮੇਰੇ ਤੋਂ ਮਜ਼ਾਕ ਆ ਕੋਈ ਦੂਜਾ ਤੀਜਾ ਬੰਦਾ ਮੇਰੇ ਕੋਈ ਇੱਕ ਰੁਪਈਆ ਵੀ ਕਢਾ ਲਵੇ, ਮੈਂ ਨਹੀਂ ਕਦੀ ਕੱਢਦਾ, ਕਦੀ ਵੀ ਨਹੀਂ, ਜੋ ਮਰਜ਼ੀ ਹੋਵੇ। ਮੈਂ ਪੈਸੇ ਆ ਨਹੀਂ, ਮੈਂ ਨਹੀਂ ਖਰਚਣੇ ਕੱਲ੍ਹ ਜੋ ਬੰਦੇ, ਪਰ ਜਿਹੜੇ ਮੇਰੇ ਲਾਗੇ ਦੇ ਬੰਦੇ, ਮੈਂ ਕਿਹਾ ਮੇਰੇ ਕੋਲ ਮਤਲਬ 100-200 ਰੁਪਈਆ ਗਿਣਾ, ਮੈਂ ਖਰਚੋ ਯਾਰ ਫਿਰ ਕੋਈ ਚੱਕਰ ਨਹੀਂ। ਫਿਰ ਉਹ ਜਿਹੜੇ ਅੱਜ ਤੁਹਾਡੇ ਨਾਲ ਹਨ ਉਹ ਤੁਹਾਨੂੰ ਕੱਲ੍ਹ ਨਹੀਂ ਮਿਲਣੇ, ਉਹਨਾਂ ਨਾਲ ਘੁੰਮ ਲਓ, ਪੈਸੇ ਖਰਚ ਲਓ। ਹਾਂ ਇਹ ਵੀ ਨਹੀਂ ਆਪਣੇ ਖਰਚੋ, ਜਿਵੇਂ ਕਿ ਸੱਚ ਜਿਵੇਂ ਕੁਛ ਗਲਤ ਗਿਆ ਤਾਂ ਹੋਵੇ ਉਹਦੇ ਲਈ ਸੋਰੀ, ਪਰ ਗਾਇਸ ਆਪਣੇ ਪੈਸੇ ਖਰਚੋ। ਇਹ ਨਹੀਂ ਕਿ ਹਾਂ ਬਾਪੂ ਸਾਡਾ ਕਮਾਉਂਦਾ, ਬਾਪੂ ਪੈਸੇ ਦਿੰਦਾ ਅਤੇ ਉੱਥੇ ਪੈਸੇ ਜਾੜੀ ਜਾਓ, ਉਹ ਪੈਸੇ ਜਾੜਨ ਵਾਲਾ ਕੰਮ ਨਹੀਂ ਕਰਨਾ, ਆਪਦਾ ਕਮਾਓ ਆਪਦਾ ਖਰਚੋ, ਵਧੀਆ ਚੀਜ਼ ਆ। ਪਰ ਘਰਦੇ ਤਾਂ ਪੈਸੇ ਘਰਦੇ ਉੱਦਾਂ ਸਾਡੇ 'ਤੇ ਬਹੁਤ ਖਰਚਾ ਕਰਦੇ, ਸਾਡਾ ਬਾਪੂ ਹੁੰਦਾ ਸਾਡੇ ਬਾਪੂ ਦੇ ਸਿਰ 'ਤੇ ਬਹੁਤ ਟੈਨਸ਼ਨ ਹੁੰਦੀ ਕਿ ਪੂਰਾ ਘਰ ਵੀ ਚਲਾਉਣਾ, ਨਿਆਣੇ ਵੀ ਪੜ੍ਹਾਉਣੇ ਆ, ਸਾਰਾ ਕੁਝ ਕਰਨਾ। ਹਾਲਾਂਕਿ ਮੇਰੇ ਪਾਪਾ ਦੇ ਸਿਰ 'ਤੇ ਇੰਨੀ ਟੈਨਸ਼ਨ ਨਹੀਂ ਸੀ, ਮੇਰੀ ਮੰਮੀ ਨੇ ਸਾਨੂੰ ਪੜ੍ਹਾਇਆ ਆ, ਪਰ ਬਾਕੀ ਸਾਰੇ ਟੈਨਸ਼ਨ ਨਹੀਂ। ਪਾਪੇ ਦੇ ਸਿਰ 'ਤੇ ਵੀ ਸੀਗੀ, ਪਾਪੇ ਨੇ ਵੀ ਬਹੁਤ ਐਸ਼ ਕਰਾਈ ਸਾਨੂੰ, ਮੰਮੀ ਨੇ ਵੀ ਬਹੁਤ ਕਰਾਈ, ਬਾਕੀ ਅੱਜ ਬਾਈ ਵੀ ਟਾਈਮ ਨਾਲ ਕਮਾਉਣ ਲੱਗ ਪਿਆ ਸੀ ਛੇਤੀ, ਮਤਲਬ ਉਮਰ ਤੋਂ ਪਹਿਲੀ, ਅਤੇ ਉਹਨੇ ਬਹੁਤ ਐਸ਼ ਕਰਾਈ, ਦੀਪਕਾ ਨੇ ਵੀ, ਸਾਰਿਆਂ ਦਾ ਧੰਨਵਾਦ। ਪਰ ਗਾਇਸ
ਜੇ ਤੁਸੀਂ ਆਪਦੇ ਘਰਦਿਆਂ ਦੇ ਘਰਦੇ ਕਿ ਬਾਕੀ ਨੋਰਮਲ ਘਰਾਂ ਜਿੰਨੇ ਮੈਂ ਦੇਖਿਆ ਸਭ ਜ਼ਿਆਦਾਤਰ ਪਾਪੇ ਕਮਾਉਂਦੇ ਆ ਅਤੇ ਆਪਦੇ ਬਾਪੂ ਦੇ ਪੈਸਿਆਂ 'ਤੇ ਇੰਨੀ ਐਸ਼ ਵੀ ਨਾ ਕਰੋ ਕਿ ਬਾਪੂ ਵਿਚਾਰਾ ਐਵੇਂ ਕਿ ਉਹਨੂੰ ਪਤਾ ਉਹ ਕਿੱਦਾਂ ਕਮਾਉਂਦਾ ਉਹਦੇ ਸਿਰ 'ਤੇ ਕਿੰਨੀ ਟੈਨਸ਼ਨ ਹੈ ਕਿੱਦਾਂ ਖਰਚਾ ਕਰਨਾ ਉਹਨੇ ਉਹ ਪੈਸੇ ਨਹੀਂ ਉਡਾਉਣੇ ਚਾਹੀਦੇ ਆਪਾਂ ਨੂੰ ਆਪਦੇ ਕਮਾਓ ਪਤਾ ਆਪਾਂ ਕਮਾਉਣੇ ਆਪਣੇ ਕਮਾ ਕੇ ਆਪ ਖਰਚਣ 'ਤੇ ਕੋਈ ਦਿੱਕਤ ਨਹੀਂ ਨਾ ਆਪਾਂ ਨੂੰ ਨਾ ਘਰਦਿਆਂ ਨੂੰ ਕਿਉਂਕਿ ਆਪਣੀ ਕਿਹੜਾ ਕੋਈ ਜ਼ਿੰਮੇਵਾਰੀ ਆ ਕਿ ਜ਼ਿੰਮੇਵਾਰੀ ਆਪਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਤਾਂ ਜਦੋਂ ਬੰਦੇ ਕੋਲ ਫੈਮਲੀ ਹੋ ਜਾਂਦੀ ਨਾ ਫਿਰ ਬੰਦੇ ਨੂੰ ਹੁੰਦਾ ਕਿ ਹਾਂ ਵੀ ਮੈਂ ਫੈਮਲੀ ਦੇਖਣੀ ਆ ਘਰ ਵਾਲੀ ਦੇਖਣੀ ਮੈਂ ਬੱਚੇ ਦੇਖਣੇ ਫਿਰ ਬੰਦਾ ਖਰਚੇ 'ਤੇ ਕੰਟਰੋਲ ਕਰਦਾ ਜਦ ਤੱਕ ਆਪ ਕਮਾਉਂਦੇ ਪਏ ਆਪਣੇ 'ਤੇ ਖਰਚਾ ਕਰੋ ਕੋਈ ਦਿੱਕਤ ਨਹੀਂ ਘਰ ਦੇ ਵੀ ਨਹੀਂ ਰੋਕੂਗੇ ਤੁਹਾਨੂੰ ਮੈਂ ਇਹਦੀ ਗਰੰਟੀ ਨਾਲ ਕਿਸੇ ਦਾ ਘਰ ਦਾ ਨਹੀਂ ਕਹੂੰਗਾ ਕਿ ਹਾਂ ਵੀ ਤੂੰ ਪੈਸੇ ਨਾ ਖਰਚ ਸਾਨੂੰ ਦੇ ਕੋਈ ਨਹੀਂ ਕਹਿੰਦਾ ਅਗਲੇ ਕਹਿੰਦੇ ਤੂੰ ਕਮਾਉਂਦਾ ਤੂੰ ਆਪਦੀ ਸਿਹਤ ਦਾ ਧਿਆਨ ਰੱਖ ਰੱਖ ਮੇਰੀ ਮਾਤਾ ਵੀ ਕਹਿੰਦੀ ਕਹਿੰਦੀ ਤੂੰ ਆਪਦੀ ਸਰਦੀ ਆਪਣੇ ਕੋਲ ਆ ਕੋਈ ਟੈਨਸ਼ਨ ਨਹੀਂ ਕਿ ਸਿਹਤ ਦਾ ਧਿਆਨ ਰੱਖ ਮੇਰਾ ਲੱਕ ਲੁੱਕ ਦੁੱਧ ਦਾ ਮਾਤਾ ਕਹਿੰਦੀ ਘਿਓ ਲਿਆ ਕੇਲੇ ਲਿਆ ਇਹ ਲਿਆ ਉਹ ਲਿਆ ਮੈਂ ਕਿਹਾ ਉਹ ਤਾਂ ਲੈ ਜਾਂਦਾ ਮੈਂ ਟੈਨਸ਼ਨ ਨਾ ਲਓ ਮਾਤਾ ਉਹ ਮੈਨੂੰ ਉਹਨਾਂ ਨੂੰ ਲੱਗਦਾ ਮੈਂ ਪੈਸੇ ਸਾਰੇ ਭੇਜਤੇ ਮੈਂ ਪੈਸੇ ਸਾਰੇ ਨਹੀਂ ਭੇਜੇ ਮੈਂ ਮਾਤਾ 40-50 ਹਜ਼ਾਰ ਰੱਖ ਲਿਆ ਕੋਲ ਇੱਦਾਂ ਕਹੀ ਜਿਵੇਂ ਇੰਨਾ ਨਹੀਂ ਰੱਖਿਆ ਥੋੜ੍ਹਾ ਰੱਖਿਆ ਪਰ ਰੱਖਿਆ ਯਾਰ ਇੰਨਾ ਕੁ ਰੱਖਿਆ ਖੁੱਲ੍ਹਾ ਖਰਚਾ ਕਰ ਲਵਾਂ ਅਤੇ ਸਾਡੇ ਤਾਂ ਘਰਦੇ ਇਹੀ ਚਾਹੁੰਦੇ ਹਾਂ ਕਿ ਮੁੰਡਾ ਸਾਡਾ ਫਿੱਟ ਰਹੇ ਚੰਗੀ ਸੰਗਤ 'ਚ ਰਹੇ ਚੰਗੇ ਕੰਮ ਕਰੇ ਘੁੰਮੇ ਫਿਰੇ ਜਿੱਦਾਂ ਮਰਜ਼ੀ ਮੰਦਰਾਂ ਜਾਵੇ ਜਿੱਥੇ ਮਰਜ਼ੀ ਜਾਣਾ ਜਾਵੇ ਪਹਾੜਾਂ ਜਾਓ ਘੁੰਮੋ ਚਿੱਲ ਕਰੋ ਪਰ ਆਪਦੇ ਪੈਸੇ ਆਉਣਾ ਕਿਉਂਕਿ ਜਦੋਂ ਆਪਾਂ ਘਰਦਿਆਂ ਦੇ ਪੈਸੇ ਨਾ ਐਸ਼ ਕਰਦੇ ਨਾ ਫਿਰ ਘਰਦਿਆਂ ਦੇ ਉੱਤੇ ਉੱਦਾਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਉਹ ਫਿਰ ਮਤਲਬ ਬਹੁਤ ਮੈਂ ਸਿਫਤ ਕਰਦਾ ਮਾਤਾ ਦੀ ਦੀਪਿਕਾ ਦੀ ਜਦੋਂ ਮੈਂ ਦਿਲ ਕਰਨਾ ਟਿਪ ਬਣਾਉਂਦਾ ਮੈਂ ਬਹੁਤ ਘੁੰਮਿਆ ਤੁਸੀਂ ਦੇਖਿਆ ਹੋਣਾ ਵਲੋਗ 'ਚ ਵੀ ਉੱਦਾਂ ਵੀ ਸਾਰਿਆਂ ਨੂੰ ਪਤਾ ਹੈ ਘਰਦਿਆਂ ਦੇ ਰਿਸ਼ਤੇਦਾਰ ਸਾਰਿਆਂ ਨੂੰ ਪਤਾ ਜਿਹੜੇ ਮੈਨੂੰ ਐਡ ਆ ਇੰਸਟਾ ਸਟੋਰੀਆਂ ਵਗੈਰਾ ਮੈਂ ਬਸ ਮੂੰਹ ਲੈ ਜਾਣਾ ਮੰਮੀ ਪੈਸੇ ਚਾਹੀਦੇ ਟਿਪ 'ਤੇ ਜਾਣ ਨੂੰ ਮੈਂ ਇੱਕ ਦਿਨ ਜਾਣਾ ਸੀ ਰਿਸ਼ੀਕੇ ਮੈਂ ਮੰਮੀ ਪੈਸੇ ਚਾਹੀਦੇ ਮੰਮੀ ਨੂੰ 3,000 ਦਿੱਤਾ ਮੈਂ ਦੀਪਕਾ ਗਿਆ ਮੈਂ ਦੀਪਕਾ ਪੈਸੇ ਚਾਹੀਦੇ ਦੀਪਕਾ ਨੇ ਵੀ 3,000 ਦੇ ਦਿੱਤਾ ਅੱਜ ਵੀ ਗਿਆ ਮੈਂ ਅੱਜੋ ਵੀ ਪੈਸੇ ਚਾਹੀਦੇ ਉਹ ਕੋ ਥੋੜ੍ਹੇ ਸੀਗੇ ਉਹਨੇ ਵੀ 1,000-2,000 ਦੇ ਦਿੱਤਾ ਇੱਦਾਂ ਮੈਂ 7-8 ਹਜ਼ਾਰ ਇਕੱਠਾ ਕਰਕੇ ਚਲਾ ਗਿਆ ਰਿਸ਼ੀਕੇ ਅਤੇ ਹਰ ਵਾਰੀ ਮੈਂ ਇੱਦਾਂ ਕਹਿੰਦਾ ਟਿਪ 'ਤੇ ਜਾਣਾ ਦੀਪਕਾ ਪੈਸੇ ਮੰਗੇ ਪੈਸੇ ਭੇਜ ਦੇ ਉਹਨੇ ਭੇਜ ਦੇਣੇ ਮੰਮੀ ਪੈਸੇ ਚਾਹੀਦੇ ਥੋੜ੍ਹੇ ਜਿਹੇ ਭੇਜੀ ਮੰਮੀ ਨੇ ਭੇਜ ਦੇਣੇ ਅੱਜ ਬਾਈ 2,000 ਉਹਨੇ ਭੇਜ ਦੇਣਾ ਅਤੇ ਬਾਹਲੀ ਗੱਲ ਅੱਜ ਬਾਈ ਕੋਲ ਪੈਸੇ ਨਾ ਘਰ ਜਾਣਾ ਹਫ਼ਤੇ ਬਾਅਦ ਘਰ ਜਾਣਾ ਸੀ ਅੱਜ ਬਾਈ ਮੂਹਰੇ ਮੋਟਰਸਾਈਕਲ ਟੈਂਕੀ ਖਾਲੀ ਉਹਨੇ ਫੋਲੋ ਕਰਾਉਣੀ ਮੰਮੀ ਕੋਲ ਪੈਸੇ ਲੈਣੇ ਬਹੁਤ ਪੈਸੇ ਦੇ ਖਰਚੇ ਹੁਣ ਪਤਾ ਲੱਗਦਾ ਯਾਰ ਕਿ ਉਨੇ ਕੁ ਪੈਸਿਆਂ 'ਚ ਗੁਜ਼ਾਰਾ ਕਰਨਾ ਘਰ ਦਾ ਸਾਰੇ ਖਰਚੇ ਕਰਨੇ ਫਿਰ ਖੁਆਇਸ਼ਾਂ ਪੂਰੀਆਂ ਕਰਨੀਆਂ ਬਹੁਤ ਔਖੀਆਂ ਬਹੁਤ ਦੁਖੀ ਕੀਤਾ ਮੈਂ ਮਾਤਾ ਨੂੰ ਇਸ ਗੱਲੋਂ ਮੇਰੀ ਟ੍ਰਾਂਜੈਕਸ਼ਨਸ ਦੇਖ ਲਈਓ ਹੁਣ ਵੀ ਮੈਂ ਇਹ 'ਚ ਵੀਡੀਓ 'ਚ ਦਿਖਾ ਦਿੰਦਾ ਅੱਗਾ ਇਸ ਪਤਾ ਨਹੀਂ ਕਿੱਧਰਲੀ ਸਾਈਡ 'ਤੇ ਹੋਊਗੀ ਦੇਖੋ ਮੈਂ ਕਿੰਨੇ ਪੈਸੇ ਮਾਤਾ ਤੋਂ ਲਏ ਆ ਕਿੰਨੀ ਵਾਰੀ ਲਏ ਆ ਦੀਪਕਾ ਤੋਂ ਲਏ ਆ ਅੱਜ ਬਾਈ ਤੋਂ ਲਏ ਆ ਅੱਜ ਬਾਈ ਤੋਂ ਤਾਂ ਸਿੱਧੇ ਬੈਂਕ ਟ੍ਰਾਂਸਫਰ ਹੁੰਦੇ ਸੀਗੇ ਉਹ UPI ਨਹੀਂ ਉਹ ਦੂਜਾ ਹੁੰਦਾ ਸੀ ਨਾ ਕੀ ਕਹਿੰਦੇ ਨੈੱਟ ਬੈਂਕਿੰਗ ਉਹ 'ਚ ਸ਼ਾਇਦ ਹੀ ਸਪੀ ਹੋਵੇ ਪਰ ਪੈਸੇ ਬਹੁਤ ਲਏ ਆ ਇਹਨਾਂ ਤੋਂ ਇਹ ਲੈਣੇ ਚਾਹੀਦੇ ਆ ਪਰ ਇੰਨੇ ਨਹੀਂ ਕਿ ਘਰ ਦੇ ਤੰਗ ਹੋ ਜਾਣ ਤੰਗ ਤਾਂ ਨਹੀਂ ਹੁੰਦੇ ਘਰ ਦੇ ਫਿਰ ਵੀ ਬਹੁਤ ਔਖੇ ਹੈਗਾ ਇਸ ਪੈਸੇ ਕਮਾਉਣੇ ਸਟੇਰਿੰਗ ਦੂਜੇ ਪਾਸੇ ਹੁੰਦੇ ਆ ਮੈਂ ਕੱਲ੍ਹ ਭਾਈ ਨੂੰ ਕਿਹਾ ਮੈਂ ਭਾਈ ਪਿੱਛੇ ਹੋਵੇ ਗਾੜੀ ਤੁਹਾਡਾ ਭਰਾ ਲਾਊਗਾ ਭਾਈ ਕਹਿੰਦਾ ਪੁੱਠੀ ਜਾਂਦੀ ਟੇਕੇ ਪਏ ਕਹਿੰਦੇ ਠੋਕਦਾ ਨਹੀਂ ਇੰਡੀਆ ਨਹੀਂ ਹੈਗਾ ਇਹ ਨਹੀਂ ਗਾਈ ਗੱਡੀ 'ਚ ਲੈਣ 'ਚ ਕੋਈ ਦਿੱਕਤ ਨਹੀਂ ਮੈਂ ਤਾਂ ਲੈ ਲਵਾਂ ਪਰ ਮੈਨੂੰ ਰੋਡ ਦਾ ਹਿਸਾਬ ਨਹੀਂ ਹੈਗਾ ਯਾਰ ਪੁੱਠੇ ਪਾਸੇ 'ਤੇ ਲੈਣੀ ਪੈਣੀ ਨਾ ਮੈਨੂੰ ਆਦਤ ਖੱਬੇ ਪਾਸੇ ਲੈਣ ਦੀ ਮੈਂ ਗਲਤ ਠੋਕਦੀ ਫਿਰ ਠੋਕਣੀ ਦਾ ਕੀ ਹੈ ਬੀ ਪੋਜ਼ੀਟਿਵ ਮਿਲ ਜਾਣ ਪਰ ਫਿਰ ਵੀ ਰਿਸਕ ਨਹੀਂ ਲੈਣਾ ਆਪਾਂ ਖਤਰੇ ਖੁਤਰੇ ਤਾਂ ਜਿੱਦਾਂ ਮਰਜ਼ੀ 'ਚ ਲਈ ਜਾਈਏ ਕੋਈ ਚੱਕਰ ਨਹੀਂ ਇੰਨੀ ਕੁ ਤਾਂ ਚਲੋ ਭਾਈ ਨਾਲ ਬਣ ਗਈ ਆ ਬਾਕੀ ਵਧੀਆ ਆ ਸਾਰੇ ਇੱਥੇ ਬੰਦੇ ਵਧੀਆ ਆ ਜਿੱਥੇ ਕੰਮ ਕਰੀਦਾ ਸਾਰੇ ਵਧੀਆ ਯਾਰ ਆਲੇ ਦੁਆਲੇ ਛਿੱਲ ਮਾਰੋ ਬਾਕੀ ਸਹੀ ਹੈ ਗਾਈਸ ਬਹੁਤ ਲੰਬੀ ਵੀਡੀਓ ਹੋ ਗਈ ਇਹ ਛੱਡੋ ਕੀ ਕਰੀਏ ਚਲੋ ਗਾਈਸ ਹੁਣ ਫਿਰ ਮੇਰਾ ਮੋਗਿਆ ਸ਼ਬਦ ਮੇਰੀਆਂ ਗੱਲਾਂ
ਅਤੇ ਆਪਾਂ ਵੀਡੀਓ ਇਹਨੂੰ ਪਸੰਦ ਕਰਦੇ ਹਾਂ, ਦੇਖਦੇ ਹਾਂ ਘਰੋਂ ਕਿੱਦਾਂ ਸਮਾਨ ਪਹੁੰਚਦਾ, ਫਿਰ ਉਹ ਵੀਡੀਓ ਉੱਥੋਂ ਕੰਟੀਨਿਊ ਕਰ ਲਵਾਂਗੇ ਜਾਂ ਡੇਲੀ ਰੀਮਾਇੰਡ ਕਰਾਵਾਂਗੇ। ਗਾਈਸ ਜ਼ਰੂਰ ਦੇਖਿਓ ਵੀਡੀਓ ਨੂੰ, ਲਾਈਕ ਕਰੀਏ, ਸ਼ੇਅਰ ਕਰੀਏ, ਸਬਸਕ੍ਰਾਈਬ ਕਰੀਏ। ਮੈਂ ਚੈਨਲ ਨੂੰ ਯੂਟਿਊਬ ਤੋਂ ਪੈਸੇ ਆਉਣ, ਮੈਨੂੰ ਮੈਂ ਚਾਹੁੰਦਾ ਬਹੁਤ ਲਾਲਚੀ ਬੰਦਾ, ਮੈਂ ਹਰ ਪਾਸੇ ਪੈਸਾ ਆਉਣਾ ਚਾਹੀਦਾ, ਪੈਸਾ ਹੀ ਪੈਸਾ ਕਰਨਾ। ਸਮਝਦਾ ਸਮਝ ਗਏ, ਸਮਝਦਾ ਨਹੀਂ ਸੋਰੀ, ਸਮਝਣ ਵਾਲੇ ਸਮਝ ਗਏ। ਹਾਂ ਪੈਸਾ ਹੀ ਪੈਸਾ ਕਰ ਦੇਣਾ ਆਪਾਂ, ਵਾਹ 100-200 ਕਰੋੜ ਹੋ ਜਾਵੇ ਬਹੁਤ ਆ, ਹੈ ਨਾ। ਹਾਂ ਰਾਜ ਆ ਮੇਰਾ 100-200 ਕਰੋੜ 'ਚ। ਠੀਕ ਹੈ, ਕਮਾ ਲੈਣਾ ਕਿਹੜਾ ਬਹੁਤ ਵੱਡੀ ਚੀਜ਼ ਹੈ। ਹਾਂ ਬਾਹਮਣ ਵਾਲੇ ਮੁੰਡੇ ਪ੍ਰਭਾਵ ਕਰਦਾ ਐਵੇਂ ਥੋੜ੍ਹੀ ਨਾ ਵੱਜਦਾ ਤਾਂ ਨੂਰ ਵਾਲ 'ਚ ਜਿਹੜੇ ਮਰਜ਼ੀ ਪੁੱਛ ਲਿਓ ਠੀਕ ਹੈ, ਸਭ ਜਾਣਦੇ ਮੈਨੂੰ। ਅੱਜ ਮੈਂ ਇੱਥੇ ਕਹਿੰਦਾ ਹੁੰਦਾ ਜਿੱਦਾਂ ਨਾ ਸਾਡੇ ਇੱਥੇ ਪਾਸਲੇ ਪਿੰਡ ਤੋਂ ਅੰਕਲ ਹੈ, ਹੈ ਨਾ। ਹਾਂ ਅੰਕਲ ਕਿੱਦਾਂ, ਚਾਚਾ ਕਹਿੰਦਾ ਮੈਂ, ਚਾਚਾ ਕਹਿੰਦਾ ਨੂਰ ਵਾਲੀ ਆ ਪਛਾਣਿਆ ਪ੍ਰਭਾਕਰ ਹੈ ਐਵੀਡਾ ਜੜੀ ਪ੍ਰਭਾਕਰ, ਨੂਰ ਵਾਲ 'ਚ ਘੱਟ ਹੀ ਪ੍ਰਭਾਕਰ, ਖਾਸ ਅਸੀਂ ਹਾਂ, ਸਾਡੀ ਰਿਸ਼ਤੇਦਾਰੀ ਹੈ ਸਾਰੀ, ਠੌਕਾ ਪੂਰੀ ਨੂਰ ਵਾਲ 'ਚ ਠੀਕ ਹੈ। ਬਾਕੀ ਗੱਲ ਚੱਲ ਆ ਵਧੀਆ ਆ, ਵਾਹ ਮੌਗੀ ਆ ਯਾਰ, ਚੰਗਾ ਬਾਏ। ਹੁਣ ਮੈਂ ਦੇਖਾਂ ਫੋਨ ਕਰਨਾ ਕਿਸੇ ਨੂੰ ਜਾਂ ਮੈਂ ਸੋਣਾ, ਮਿਲਦੇ ਹਾਂ ਤੁਹਾਨੂੰ ਅਗਲੀ ਆਹੀ ਵੀਡੀਓ ਅੱਗੇ ਥੋੜ੍ਹੇ ਟਾਈਮ ਬਾਅਦ। ਚੰਗਾ ਬਾਏ ਬਾਏ। ਠੀਕ ਹੈ, ਇਸ ਹੋਰ ਗੱਲ ਕੀ ਮੈਂ ਹੁਣੀ ਅਗਲੇ ਮੰਥ ਸੈਲ ਦੀ ਆਣੀ ਜਿਹੜੀ ਉਹਦਾ ਵੀ ਗਿਫਟ ਇੱਕ ਭੇਜਣਾ ਘਰ, ਉਹ ਵੀ ਪਲੈਨ ਕਰ ਲਿਆ, ਉਹ ਵੀ ਡਨ ਕਰਤਾ, ਬੁੱਕ ਵੀ ਕਰਤਾ, ਔਡਰ ਵੀ ਕਰਤਾ। ਮੈਂ ਕਿਹਾ ਪੇਮੈਂਟ ਨੈਕਸਟ ਮੰਥ। ਵੈਸੇ ਬਹੁਤ ਫਾਇਦਾ ਤੁਹਾਡੀ ਬੜੀ ਬੜਾਈ ਦਾ, ਪੈਸੇ ਵਾਲੀ ਕੋਈ ਦਿੱਕਤ ਨਹੀਂ ਨਿੱਕੀ। ਹਾਂਜੀ ਪੈਸੇ ਆ ਜੂਗੇ, ਕੋਈ ਚੱਕਰ ਨਹੀਂ, ਘਰ ਭੇਜੋ ਸੀ ਅਤੇ ਬੜੀ ਖੁਸ਼ੀ ਹੋ ਰਹੀ ਗਈ ਸਾਨੂੰ। ਇੱਥੇ ਮੈਂ ਭਾਅ ਜੀ ਦੱਸਿਆ, ਮੈਂ ਕਿਹਾ ਭਾਈ ਮੈਂ ਘਰ ਆਹ ਚੀਜ਼ ਭੇਜਤੀ, ਕਹਿੰਦੇ ਭੇਜਤੀ ਸੈਲਰੀ ਆ ਗਈ, ਮੈਂ ਕਿਹਾ ਨਹੀਂ, ਕਹਿੰਦੇ ਅਕਾਊਂਟ ਚਲ ਗਈ, ਮੈਂ ਕਿਹਾ ਨਹੀਂ, ਕਹਿੰਦੇ ਫੇ ਮੈਂ ਗੈਸ ਬਣੀ ਇੰਨੀ ਆ, ਭੇਜਤੀ ਪੇਮੈਂਟ ਆ ਜੂਗੀ, ਮੈਂ ਕਿਹਾ ਇੰਨਾ ਭਰੋਸਾ ਹੈਗਾ, ਕਹਿੰਦੇ ਸਹੀ ਆ। ਅਤੇ ਹੁਣ ਮੈਂ ਪਹਿਲੀ ਚੀਜ਼ ਤਾਂ ਪੇਮੈਂਟ ਕਰਤੀ ਆ, ਦੂਜੀ ਚੀਜ਼ ਵੀ ਮੈਂ ਔਡਰ ਵੀ ਕਰਤੀ, ਡਨ ਵੀ ਕਰਤੀ ਆ। ਗੈਸ ਮੰਮੀ ਰੋਕਣ ਵਾਲੀ ਮੈਨੂੰ, ਠੀਕ ਹੈ ਨਾ ਕੁਛ ਕਹਿਣਾ ਨਾ ਮੈਨੂੰ ਗਾਲਾਂ ਕੱਢਣੀਆਂ। ਮੰਮੀ ਪਤਾ ਕੀ ਕਹਿੰਦੇ ਹੁੰਦੇ, ਕਹਿੰਦੇ ਬਲੋਚ ਇੱਦਾਂ ਨਹੀਂ ਦੱਸਿਆ ਕਰ, ਇੰਨਾ ਕਮਾਉਂਦਾ ਆ, ਇੱਦਾਂ ਕਰਦੇ ਆ, ਉੱਦਾਂ ਕਰਦੇ ਆ, ਇਹ ਗਿਫਟ ਭੇਜਦਾ ਆ, ਇਹ ਕਰਦਾ, ਉਹ ਕਰਦਾ, ਦੇਰ ਲੱਗ ਜਾਂਦੀ ਹੁੰਦੀ। ਨਹੀਂ ਗੈਸ ਨਹੀਂ ਲੱਗਦੀ, ਮੰਮੀ ਤੁਸੀਂ ਬਸ ਰੱਬ ਨੂੰ ਕਹੋ ਵੀ ਪੋਜ਼ੀਟਿਵ ਟੈਨਸ਼ਨ ਲੈਣੀ, ਅਤੇ ਵਾਹ ਇਹਨੂੰ ਕਹਿੰਦੇ ਬੰਦਾ ਸੈਲਰੀ ਆਈ ਨਹੀਂ ਪਹਿਲੀ ਰਾਤ, ਅਤੇ ਦੂਜੀ ਸੈਲਰੀ ਆ ਤਾਂ ਪਹਿਲੀ ਖਰਚਾ ਡਿਸਾਈਡ ਕਰ ਲਿਆ ਕਿ ਆਹ ਖਰਚਾ, ਅਤੇ ਉਹ ਖਰਚਾ ਵੀ ਇੱਦਾਂ ਕਿ ਛੋਟੇ ਵੱਡੇ ਖਰਚੇ ਦਾ, ਹੁਣ ਘਰ ਦਾ ਹੀ ਹੁੰਦਾ ਕਿ ਛੋਟਾ ਵੱਡਾ। ਸਹੀ ਹੈਗਾ ਸਰ, ਬਹੁਤ ਖੁਸ਼ੀ ਮਿਲ ਰਹੀ ਹੈ, ਕਾਲਾ ਬਹੁਤ ਪੈਣੀ ਮੈਨੂੰ ਆ ਵੀਡੀਓ ਜਦੋਂ ਮੰਮੀ ਨੇ ਦੇਖ ਲਈ ਆ ਉਹ ਸੁਣ ਕੇ, ਅਤੇ ਕੋਈ ਚੱਕਰ ਨਹੀਂ। ਮੈਨੂੰ ਇੰਨਾ ਹੱਸਦਾ ਦੇਖ ਕੇ ਮੰਮੀ ਵੀ ਖੁਸ਼ ਹੁੰਦੇ ਹੁਣ, ਕੀ ਕਮਲੀਆਂ ਬਣਦੇ, ਉਹਦੇ ਬਾਅਦ ਤਾਂ ਮੈਨੂੰ ਖੁਸ਼ੀ ਮਿਲਦੀ ਪੈਸੇ ਖਰਚ ਕੇ, ਤੁਸੀਂ ਵੀ ਖਰਚੋ ਤੁਹਾਨੂੰ ਵੀ ਪਤਾ ਲੱਗੂ, ਮੇਰੀ ਮਾਤਾ ਗੈਸ ਬਹੁਤ ਕੰਜੂਸ ਹੈ, ਮੈਂ ਨਹੀਂ ਖਰਚਦੀ, ਉੱਦਾਂ ਖਰਚ ਰਹੇ ਆਪਣੇ ਤਾਂ ਨਹੀਂ ਖਰਚਦੇ, ਅਤੇ ਜੋ ਮਜ਼ਾ ਆਪਣੇ 'ਤੇ ਖਰਚਣ 'ਤੇ ਨਾ ਮਜ਼ਾ ਹੀ ਹੈ ਨਹੀਂ, ਨਹੀਂ ਜੋ ਮਜ਼ਾ ਆਪਦੇ ਘਰਦਿਆਂ 'ਤੇ ਖਰਚਣ 'ਤੇ ਉਹ ਵੀ ਕਿਸੇ ਹੈ ਨਹੀਂ, ਫਿਰ ਖਰਚ ਖਰਚ ਕੇ ਮੈਨੂੰ ਭੇਜੋ ਚੀਜ਼ਾਂ ਠੀਕ ਹੈ, ਬਹੁਤ ਚੀਜ਼ਾਂ ਦੀ ਲੋੜ ਆ, ਤੁਹਾਨੂੰ ਪਤਾ ਮੇਰੇ ਕੋਲ ਕੁਛ ਨਹੀਂ ਹੈਗਾ ਯਾਰ, ਕੁਛ ਮੇਰੇ ਕੋਲ ਕੱਪੜੇ ਹੈ ਨਹੀਂ, ਆਹੀ ਟੀ ਸ਼ਰਟ ਦਾ ਹਿਸਾਬ ਨਾਲ ਮੈਂ, ਦੋ ਟੀ ਸ਼ਰਟਾਂ, ਦੋ ਪਜਾਮੇ, ਦੋ ਪੈਂਟਾਂ,
ਪੈਂਟ ਸੋਰੀ ਇੱਕ ਇਹ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀਡੀਓ 'ਚ ਮੈਂ ਬੜਾ ਖੁਸ਼ ਸੀਗਾ ਕਿਉਂਕਿ ਮੈਂ ਪਹਿਲੀ ਹੀ ਸੈਲਰੀ 'ਚ ਬਾਅਦ 'ਚੋਂ ਕੁਛ ਘਰ ਗਿਫਟ ਕਰਕੇ ਭੇਜਿਆ ਸੀਗਾ, ਪਰ ਹੁਣ ਕੁਛ ਇੱਦਾਂ ਨਾ ਹੋਇਆ, ਹੁਣ ਇੱਦਾਂ ਹੋਈ ਗੱਲਬਾਤ ਕਿ ਜਿਹੜੀ ਚੀਜ਼ ਮੈਂ ਭੇਜੀ ਘਰ ਉਸ ਟੋਪ ਉਸ ਚੀਜ਼ 'ਤੇ ਹੀ ਗੱਲ ਹੋ ਰਹੀ ਸੀ ਅੱਜ ਘਰ, ਮਾਡਲ 'ਤੇ ਪੁਰਾਣਾ ਜਾਂ ਨਿਊ, ਅਤੇ ਗੱਲ ਇੱਦਾਂ ਹੋਈ ਕਿ ਜਿਹੜਾ ਮਾਡਲ ਮੈਂ ਪਸੰਦ ਕਰਕੇ ਭੇਜ ਚੁੱਕਾ, ਮਤਲਬ ਔਡਰ ਕਰ ਚੁੱਕਾ ਹਾਂ, ਜਿਹੜਾ ਕੱਲ੍ਹ ਡਿਲੀਵਰ ਹੋ ਜਾਣਾ ਹੈ, ਉਹ ਹੁਣ ਪਸੰਦ ਨਹੀਂ ਹੈਗਾ ਘਰ। ਮੰਮੀ ਨਾਲ ਗੱਲ ਨਹੀਂ ਹੋਈ ਮੇਰੀ, ਉੱਦਾਂ ਮੰਮੀ ਤਾਂ ਦੀਪਿਕਾ ਨੂੰ ਪਸੰਦ ਨਹੀਂ ਹੈਗਾ ਉਹ, ਉਹ ਗੱਲ ਹੈਗੀ ਇੱਦਾਂ ਉਹਦੀਆਂ ਮਤਲਬ ਪਤਾ ਨਹੀਂ ਯਾਰ, ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਮੈਂ ਮਤਲਬ ਹੁਣੀ ਗੱਲ ਕਰ ਰਿਹਾ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਬਹੁਤ ਫਾਇਦਾ ਆ ਵੀ ਮੈਂ ਆਪ ਇੱਥੇ ਉਹ ਚੀਜ਼ ਯੂਜ਼ ਕਰਦਾ ਹਾਂ, ਫਿਰ ਮੈਨੂੰ ਪਤਾ ਮੈਂ ਨਾਮ ਨਾ ਯਾਰ ਚੀਜ਼ ਕੀ ਕਰੀ ਜਾਂਦਾ, ਸਿੱਧਾ ਦੱਸਦਾ ਹਾਂ ਮੈਂ ਤੁਹਾਨੂੰ। ਮੈਂ ਵਾਸ਼ਿੰਗ ਮਸ਼ੀਨ ਔਡਰ ਕੀਤੀ ਅਤੇ ਮੈਂ ਜਿੱਦਾਂ ਇੱਥੇ ਮੇਰੇ ਕੋਲ ਦੂਜੀ ਆ ਆਪਣੀ ਆਟੋਮੈਟਿਕ, ਆਰਾਮ ਨਾਲ ਸਵੇਰੇ ਕੱਪੜੇ ਪਾ ਜਾਂਦੇ ਹਾਂ, ਵਾਪਸ ਜਾਂਦੇ ਹਾਂ ਧੋਤੇ ਹੁੰਦੇ ਆ ਆਪਣੇ ਕੱਪੜੇ, ਅਤੇ ਆਪਾਂ ਮਤਲਬ ਆਰਾਮ ਨਾਲ ਸੁੱਕਣੇ ਪਾਓ, ਆਰਾਮ ਨਾਲ ਹੈ ਨਾ ਅਗਲੇ ਦਿਨ ਕੰਮ 'ਤੇ ਜਾਓ। ਅਤੇ ਮੈਂ ਨਹੀਂ ਜਾਂਦਾ ਕਿ ਮਤਲਬ ਘਰ ਉੱਦਾਂ ਮੰਮੀ ਹੋਣੀ ਦੂਸਰੀ ਮਸ਼ੀਨ ਚਾਹੀਦੀ ਸੀ, ਕਹਿੰਦੇ ਦੂਜੀ ਮੰਗਾਉਣੀ ਹੈ ਜਿੱਦਾਂ ਪਹਿਲਾਂ ਚੱਲਦੀਆਂ ਸੀ, ਤਾਂ ਕਿ ਉਹ 'ਚ ਕੱਪੜੇ ਵਾਰ ਵਾਰ ਧੋਈ ਜਾਈਏ ਅਤੇ ਸਾਰੇ ਕੱਪੜੇ ਨਿਬੜੀਆਂ ਨੇ, ਹੱਥ ਹੱਥ ਧੋਂਦੇ ਹੁੰਦੇ ਘਰ ਦੇ ਕੱਪੜੇ ਮੇਰੇ। ਅਤੇ ਹੁਣ ਮਤਲਬ ਮੈਂ ਔਡਰ ਕਰਤੀ ਆਟੋਮੈਟਿਕ, ਪਹਿਲਾਂ ਮੈਂ ਵੀ ਉਹ ਕਰਨ ਲੱਗਾ ਸੀ, ਪਰ ਫਿਰ ਮੈਂ ਦੋ ਕੁ ਜਣਿਆਂ ਨਾਲ ਗੱਲਬਾਤ ਕੀਤੀ ਕਿ ਹਾਂ ਆਟੋਮੈਟਿਕ 'ਚ ਹੀ ਫਾਇਦਾ, ਕਿ ਮੈਨੂੰ ਆਪ ਨੂੰ ਪਤਾ ਯਾਰ ਇੱਥੇ ਮੈਂ ਨਹੀਂ ਚਾਹੁੰਦਾ ਕਿ ਮੈਂ ਮਤਲਬ ਕਿ ਐਤਵਾਰ ਮੈਂ ਛੁੱਟੀ ਕਰਾਂ ਅਤੇ ਮੈਂ ਐਤਵਾਰ ਆਪਦੇ ਕੱਪੜੇ ਧੋਵਾਂ ਇੱਥੇ ਹਫ਼ਤੇ ਭਰ ਦੇ, ਮੈਂ ਕਿਉਂ ਧੋਵਾਂ ਯਾਰ, ਵਿਹਲਾ ਥੋੜ੍ਹੀ ਮੈਂ ਐਡਾ, ਮੈਂ ਚਾਹੁੰਦਾ ਛੁੱਟੀ ਹੋਵੇ, ਮੈਂ ਰੈਸਟ ਕਰਾਂ, ਚਿੱਲ ਕਰਾਂ, ਘੁੰਮਣ ਫਿਰਨ ਜਾਵਾਂ, ਇਹ ਥੋੜ੍ਹੀ ਛੁੱਟੀ ਇਸ ਕਰਕੇ ਥੋੜ੍ਹੀ ਕੀਤੀ ਕਿ ਕੱਪੜੇ ਧੋਈ ਆਪਾਂ ਸਾਰੇ ਆਪਦੇ। ਇਸ ਲਈ ਆਪ ਆਟੋਮੈਟਿਕ ਮਸ਼ੀਨ ਦਾ ਮੈਨੂੰ ਬਹੁਤ ਫਾਇਦਾ, ਆਰਾਮ ਨਾਲ ਮਸ਼ੀਨ 'ਚ ਕੱਪੜੇ ਪਾਓ, ਧੋਂਦੀ ਰਹਿੰਦੀ ਆਪ ਹੀ, ਸੁੱਕੇ ਹੋਏ ਆਪਾਂ ਨੂੰ ਮਿਲਦੇ ਆ, ਅਤੇ ਸਹੀ ਆ, ਵਧੀਆ ਚੀਜ਼ ਆ। ਅਤੇ ਹੁਣ ਘਰ ਮੈਂ ਜਿਹੜੀ ਭੇਜੀ ਉਹ ਵੀ ਆਟੋਮੈਟਿਕ ਭੇਜੀ ਇਸੇ ਕਰਕੇ ਕਿ ਮੰਮੀ ਆਰਾਮ ਨਾਲ ਸਵੇਰੇ ਸਕੂਲ ਜਾਂਦੇ ਆ, ਸਕੂਲ ਜਾਣ ਤੋਂ ਪਹਿਲਾਂ ਕੱਪੜੇ ਵਿੱਚ ਪਾ ਕੇ ਚੱਲ ਜਾਣ, ਵਾਪਸ ਆਉਂਦਿਆਂ ਨੂੰ ਉਹਨਾਂ ਨੂੰ ਕੱਢ ਦੇਣ, ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਪਰੇਸ਼ਾਨੀ ਨਹੀਂ, ਆਰਾਮ ਨਾਲ ਸੁੱਕੇ ਸੁਕਾਏ ਕੱਪੜੇ ਮਿਲਣੇ ਆ ਸਾਨੂੰ, ਸਹੀ ਹੈ ਹੈ ਨਾ। ਪਰ ਘਰ ਦੇ ਮੰਨਦੇ ਨਹੀਂ, ਦੀਪਿਕਾ ਨਾਲ ਮੇਰੀ ਕਾਫੀ ਟਾਈਮ ਇਸ ਪਹਿਲਾਂ ਮੇਰੀ ਦੀਪਿਕਾ ਨਾਲ ਗੱਲ ਹੋਈ, ਬਹੁਤ ਵਧੀਆ ਕਿ ਮੈਨੂੰ ਬਹੁਤ ਵਧੀਆ ਲੱਗੀਆਂ ਉਹਦੀਆਂ ਗੱਲਾਂ। ਫਿਰ ਇਸ ਟੋਪਿਕ 'ਤੇ ਜਦੋਂ ਅਸੀਂ ਆਏ ਅਤੇ ਉਹ ਕਹਿ ਲੱਗ ਪਈ ਕਿ ਨਹੀਂ ਆਪਾਂ ਮਤਲਬ ਉਹੀ ਮਸ਼ੀਨ ਪੁਰਾਣੀ ਵਾਲੀ ਪ੍ਰੈਫਰ ਕਰਦੇ ਹਾਂ ਕਿ ਉਹ ਸਹੀ ਆ, ਉਹਦੇ ਫਾਇਦੇ ਦੱਸ ਲੱਗ ਪਈ ਕਿ ਇੱਦਾਂ ਹੁੰਦਾ ਉੱਦਾਂ ਹੁੰਦਾ ਫਲਾਣਾ ਲਗਵਾਉਣਾ, ਪਰ ਯਾਰ ਉਹ ਕਹਿੰਦੀ ਸੀ ਕਿ ਨਵੀਂ ਮਸ਼ੀਨ ਦਾ ਖਰਚਾ ਬਹੁਤ ਆ ਆਟੋਮੈਟਿਕ ਦਾ, ਇੱਦਾਂ ਉੱਦਾਂ ਅਫੋਰਡ ਕਰਨਾ ਔਖਾ ਜਾਂ ਕੁਛ ਵੀ। ਯਾਰ ਗੱਲ ਸੁਣੋ, ਮੈਂ ਕਮਾਉਣਾ ਕਰ ਲਈ ਕਮਾਉਣਾ ਮੈਂ, ਕਿਉਂਕਿ ਮੇਰੇ ਘਰ ਸੌਖ ਹੋਵੇ, ਇਹ ਥੋੜ੍ਹੀ ਹੁਣ ਮਾਤਾ ਮੇਰੀ ਫੇਰ ਸਰਦੀਆਂ 'ਚ ਆਪਣੀਆਂ ਸੁੱਜੀਆਂ ਉਂਗਲਾਂ ਲੈ ਕੇ ਕੱਪੜੇ ਧੋਈ ਜਾਵੇ, ਇਹ ਨਹੀਂ ਜਾਂਦਾ ਹੈਗਾ। ਮੈਨੂੰ ਮਾਤਾ ਹੁਣ ਤੁਸੀਂ, ਮੈਂ ਖਾਸ ਤੁਹਾਡੇ ਲਈ ਵੀਡੀਓ ਬਣਾਉਣੇ ਪਏ, ਹੋਰ ਕਹਿਣ ਦਿਖਾਉਣ ਲਈ ਨਹੀਂ। ਤੁਹਾਨੂੰ ਪਤਾ ਕਿ ਮੈਂ ਵੀ ਉਸ ਟਾਈਮ ਮਤਲਬ ਇੱਕ ਟਾਈਮ ਸੀਗਾ ਜਦੋਂ ਮੇਰੀਆਂ ਵੀ ਉਂਗਲਾਂ ਸੁੱਜੀਆਂ ਸੀ ਅਤੇ ਮੈਂ ਆਪਦੇ ਕੱਪੜੇ ਧੋਂਦਾ ਪਿਆ ਸੀ, ਅਤੇ ਮੈਨੂੰ ਉਹ ਦੁੱਖ ਪਤਾ ਕਿ ਸੁੱਜੀਆਂ ਉਂਗਲਾਂ 'ਚ ਕੰਮ ਕਰਨਾ ਕਿੰਨਾ ਔਖਾ। ਸੁੱਜੀਆਂ ਉਂਗਲਾਂ ਤਾਂ ਮਤਲਬ ਬਾਈਕ 'ਚ ਲਾਉਣੇ ਜਾਂ ਉੱਦਾਂ ਖਾਣਾ ਪੀਣਾ ਮੈਨੂੰ ਬੜਾ ਔਖਾ, ਬੁਰਕੀਆਂ ਧੋਣੀਆਂ ਔਖੇ ਲੱਗਦੀਆਂ ਸੀ, ਅਤੇ ਕੱਪੜੇ ਧੋਣੇ ਤਾਂ ਦੂਰ ਦੀ ਗੱਲ ਹੈ, ਧੋਤੇ ਸੀ ਮੈਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ ਮੈਂ ਕਦੋਂ ਵੀ ਗੱਲ ਕਰਦਾ ਮੈਂ। ਅਤੇ ਹਾਂ ਇਹ ਨਾ ਸੋਚੀ, ਉਹ ਭੂਆ ਘਰ ਮੈਨੂੰ ਬਹੁਤ ਸੌਖ ਸੀ, ਉਸਤਾਦ ਜੀ ਭੂਆ ਘਰ ਵਾਸ਼ਿੰਗ ਮਸ਼ੀਨ ਸੀਗੀ, ਉਹ ਧੋ ਦਿੰਦੇ ਸੀ ਆਪ ਹੀ ਕੱਪੜੇ, ਉਹਨਾਂ ਦੇ ਘਰ ਦੀ ਗੱਲ ਨਹੀਂ ਕਰਦਾ, ਮੈਂ ਕਿਤੇ ਹੋਰ ਦਿਆਂ ਸੀਗਾ ਉਹਦੀ ਗੱਲ ਕਰਦਾ ਮੈਂ। ਅਤੇ ਹੁਣ ਮੈਂ ਨਹੀਂ ਚਾਹੁੰਦਾ ਮੇਰੀ ਮਾਤਾ ਮਤਲਬ ਸਰਦੀਆਂ 'ਚ ਉਂਗਲਾਂ ਸੁੱਜੀਆਂ ਹੁੰਦੀਆਂ, ਮਾਤਾ ਦੀਆਂ ਉਂਗਲਾਂ ਸੁੱਜੀਆਂ, ਸਾਰਿਆਂ ਨੂੰ ਪਤਾ ਆ, ਮੰਮੀ ਨੂੰ ਵੀ ਪਤਾ ਆ। ਹੁਣ ਮੈਂ ਥੋੜ੍ਹੀ ਚਾਹੂੰਗਾ ਯਾਰ ਤੁਸੀਂ ਪਹਿਲੀ ਗੱਲ ਸੁੱਜੀਆਂ ਉਂਗਲਾਂ ਨਾਲ ਕੰਮ ਕਰੋ,
ਦੂਜੀ ਗੱਲ ਕੀ ਆ, ਸੰਡੇ ਦੀ ਛੁੱਟੀ ਹੁੰਦੀ, ਤੁਸੀਂ ਇੰਜੋਏ ਕਰੋ, ਘੁੰਮੋ ਫਿਰੋ। ਮੈਂ ਤੁਹਾਨੂੰ ਇੰਨਾ ਕਹਿੰਦਾ ਕਿ ਹਾਂਜੀ ਹੁਣ ਕਮਾਨ ਲੱਗ ਪਿਆ ਤੁਹਾਡੇ ਮੁੰਡਾ, ਤੁਸੀਂ ਘੁੰਮਣ ਜਾਓ ਜਿੱਦਾਂ ਮਰਜ਼ੀ, ਜਿੱਥੇ ਮਰਜ਼ੀ ਜਾਓ, ਬਿਨਾਂ ਟੈਨਸ਼ਨ ਦਿਓ ਕਿ ਜਾਓ, ਮੇਰਾ ਦਿਲ ਕਰਦਾ ਕਿ ਤੁਸੀਂ ਘੁੰਮੋ ਹੁਣ ਤੁਸੀਂ। ਪਰ ਇਹ ਥੋੜ੍ਹੀ ਕਿ ਹੁਣ ਹਫ਼ਤੇ ਦੇ ਕੱਪੜੇ ਇਕੱਠੇ ਕਰੋ ਅਤੇ ਐਤਵਾਰ ਨੂੰ ਵਾਸ਼ਿੰਗ ਮਸ਼ੀਨ ਚਲਾਓ, ਕੱਪੜੇ ਧੋਂਦੇ ਰਹੋ ਸਾਰੀ ਦਿਹਾੜੀ, ਫਿਰ ਕੰਮ ਨਿਬੇੜੋ, ਫਿਰ ਦੁਪਹਿਰੇ ਜੇ ਬੈਠੋ ਕਿ ਹਾਂ ਹੁਣ ਨਿਬੜਿਆ ਕੰਮ, ਜਾਂ ਕਿਤੇ ਜਾਣ ਤੋਂ ਪਹਿਲਾਂ ਸੋਚੋ ਨਹੀਂ ਮੇਰੇ ਕੰਮ ਪਏ ਆ, ਮੈਂ ਕੱਪੜੇ ਵੀ ਧੋਣੇ, ਇਹ ਵੀ ਕਰਨਾ। ਕਿਉਂਕਿ ਕਾਫ਼ੀ ਵਾਰੀ ਤੁਹਾਨੂੰ ਵੀ ਪਤਾ ਇੱਦਾਂ ਹੋ ਚੁੱਕਾ ਹੈ ਕਿ ਆਪਾਂ ਜਲੰਧਰ ਜਾਣ ਦੇ ਜਾਂ ਕਿਤੇ ਵੀ ਘੁੰਮਣ ਜਾਣ ਦਾ ਪਲੈਨ ਬਣਾਉਂਦੇ ਸੀਗੇ, ਤੁਸੀਂ ਕਹਿੰਦੇ ਨਹੀਂ ਮੈਂ ਘਰ ਰਹਿੰਦੀ, ਮੈਂ ਕੱਪੜੇ ਧੋਣੇ ਆ, ਕਾਫ਼ੀ ਕੰਮ ਪਿਆ ਘਰ ਦਾ, ਘਰ ਦਾ ਕੰਮ ਸਿਰਫ ਕੱਪੜੇ ਹੁੰਦੇ ਸੀ, ਮੈਂ ਤਾਂ ਹੋਰ ਕੰਮ ਨਹੀਂ ਹੁੰਦਾ, ਸਫਾਈ ਸਫੂਈ ਹੋ ਜਾਂਦੀ ਸੀ ਟਾਈਮ ਨਾਲ। ਅਤੇ ਹੁਣ ਆਟੋਮੈਟਿਕ ਮਸ਼ੀਨ ਦਾ ਇਹ ਫਾਇਦਾ ਕਿ ਇੰਨੇ ਕੱਪੜੇ ਨਹੀਂ ਹੁੰਦੇ, ਮਾਤਾ ਕਹਿੰਦੇ ਤਾਂ ਮਤਲਬ ਮਸ਼ੀਨ 'ਚ ਪਾਓ, ਚੱਲ ਜਾਓ ਆਰਾਮ ਨਾਲ, ਫਿਰ ਜਿੱਥੇ ਮਰਜ਼ੀ ਜਾਓ, ਰੋਜ਼ ਧੋ ਦੋ, ਰੋਜ਼ ਧੋਣ 'ਚ ਕੀ ਦਿੱਕਤ। ਹੁਣ ਕਹਿੰਦੇ ਦੀਪਿਕਾ ਨੇ ਕੰਮ ਜੋਬ ਲੱਗ ਜਾਣਾ, ਉਹ ਕੋ ਵੀ ਟਾਈਮ ਹੋਣਾ, ਤੁਹਾਡੇ ਕੋਲ ਵੀ ਟਾਈਮ ਹੋਣਾ। ਮੈਂ ਥੋੜ੍ਹੀ ਚਾਹੁੰਦਾ ਕਿ ਮਤਲਬ ਕਿ ਤੁਸੀਂ ਐਤਵਾਰ ਦੀ ਵੇਟ ਕਰੋ, ਆਪਣਾ ਐਤਵਾਰ ਛੁੱਟੀ ਵਾਲੇ ਦਿਨ ਕੱਪੜੇ ਧੋਣ 'ਤੇ ਖਰਾਬ ਕਰੋ, ਸਿਰਫ ਇਸ ਸੋਚ ਕੇ ਮੈਂ ਆਹ ਵਾਲੀ ਮਸ਼ੀਨ ਭੇਜੀ ਹੈ। ਹੁਣ ਗੱਲ ਹੈ ਕਿ ਇੱਦਾਂ ਕਿ ਜਿੱਦਾਂ ਗੱਲ ਕਰਦੇ ਕਰਦੇ ਮੈਂ ਮੇਰੀ ਗੱਲ ਸੁਣਦੀ ਨਹੀਂ ਸੀ ਦੀਪਕਾ, ਫਿਰ ਦੀਪਕਾ ਕਹਿੰਦੀ ਮੈਂ ਮੰਮੀ ਨੂੰ ਕਿਹਾ ਕਿ ਆਟੋਮੈਟਿਕ ਮਸ਼ੀਨ ਲੈਣੇ ਆ, ਕਹਿੰਦੀ ਮੰਮੀ ਕਹਿੰਦੇ ਕਿ ਨਹੀਂ ਲੈਣੀ, ਕਹਿੰਦੀ ਫਿਰ ਮੰਮੀ ਦਾ ਮੂਡ ਖਰਾਬ ਹੋ ਗਿਆ, ਮੰਮੀ ਕਹਿੰਦੇ ਮੈਂ ਲੈਣੀ ਨਹੀਂ ਮਸ਼ੀਨ। ਇਹ ਗੱਲ ਸੁਣ ਕੇ ਮੈਨੂੰ ਵੀ ਬੜਾ ਹੋਇਆ, ਹੁਣ ਮੈਨੂੰ ਨਹੀਂ ਪਤਾ ਕੱਲ੍ਹ ਮਸ਼ੀਨ ਡਿਲੀਵਰ ਜਦੋਂ ਹੋਣੀ ਆ। ਮੈਂ ਪਹਿਲਾਂ ਜਦੋਂ ਨੂੰ ਪੁੱਛ ਲਈ, ਉਹ ਜਦੋਂ ਨੂੰ ਚੇਚਾ ਕਿਹਾ ਸੀ ਕਿ ਹਾਂ ਵੀ ਮਸ਼ੀਨ ਘਰ ਭੇਜਣੀ ਆ, ਵੀਡੀਓ ਬਣਾਉਣੀ, ਪਰ ਖਾਸ ਜਦੋਂ ਮਸ਼ੀਨ ਮੰਮਾ ਦੇਖਣ, ਮੰਮੀ ਦੇ ਫੇਸ ਦੀ ਵੀਡੀਓ ਬਣਾਉਣੀ, ਕਿ ਮੈਂ ਉਹਨਾਂ ਦਾ ਰਿਐਕਸ਼ਨ ਦੇਖਣਾ ਚਾਹੁੰਦਾ ਕਿ ਹਾਂ ਖੁਸ਼ੀ ਦੇਖਣਾ ਚਾਹੁੰਦਾ ਕਿ ਹਾਂ ਮੁੰਡੇ ਨੇ ਪਹਿਲੀ ਸੈਲਰੀ 'ਚ ਭੇਜੀ ਹੈ ਜੀ। ਪਰ ਹੁਣ ਅੱਜ ਤਾਂ ਗੱਲ ਹੀ, ਹੁਣ ਮੈਨੂੰ ਨਹੀਂ ਪਤਾ ਕਿ ਮਸ਼ੀਨ ਆਵੇ ਅਤੇ ਮੰਮੀ ਐਕਸੈਪਟ ਕਰਨ ਵੀ ਕਿ ਨਾ। ਕਈ ਵਾਰੀ ਮੰਮੀ ਦਾ ਗੁੱਸਾ, ਮੈਨੂੰ ਪਤਾ ਮੰਮੀ ਨੇ ਕਹਿਣਾ ਇੱਥੇ ਹੀ ਵਾਪਸ ਲਿਆਇਓ, ਕਿ ਇਹ ਨਹੀਂ ਚਾਹੀਦੀ ਸਾਨੂੰ, ਅਤੇ ਇਹ ਨਾ ਹੋਵੇ ਜਾਂ ਫਿਰ ਉਦੋਂ ਮੈਨੂੰ ਗਾਲਾਂ ਕਾਫੀ ਜ਼ਿਆਦਾ ਪੈਣਗੀਆਂ, ਕੁਛ ਵੀ ਹੋ ਸਕਦਾ। ਇਹ ਵੀਡੀਓ ਮੈਂ ਇੱਕ ਦਿਨ ਪਹਿਲਾਂ ਬਣਾ ਇਸ ਲਈ ਬਣਾ ਲਿਆ ਕਿ ਮੈਨੂੰ ਨਹੀਂ ਪਤਾ ਕੱਲ੍ਹ ਮੈਂ ਗੱਲ ਵੀ ਕਾਲ ਹੋਵੇ ਮੇਰੇ ਕੋਲ ਕਿ ਨਾ ਗੱਲ ਕਰ ਹੋਵੇ। ਮੈਂ ਥੋੜ੍ਹੇ ਹੋ ਸਕਦਾ ਹਾਂ, ਮੈਂ ਥੋੜ੍ਹੇ ਹੋ ਸਕਦਾ ਹੀ ਹਾਂ, ਅਤੇ ਤਾਂ ਫਿਰ ਮੈਂ ਆਹ ਵੀਡੀਓ ਪੋਸਟ ਕਰਕੇ ਪਹਿਲਾਂ ਇਕੱਲੇ ਉਹਨਾਂ ਨੂੰ ਸ਼ੇਅਰ ਕਰ ਦੂੰਗਾ, ਜੇ ਉਹਨਾਂ ਨੂੰ ਸ਼ੇਅਰ ਨਾ ਹੋਈ ਫਿਰ ਮਤਲਬ ਜਾਂ ਤਾਂ ਉਹਨਾਂ ਨੂੰ ਸ਼ੇਅਰ ਕਰੂੰਗਾ ਜਾਂ ਪਬਲਿਕ ਕਰੂੰਗਾ, ਮੈਨੂੰ ਨਹੀਂ ਪਤਾ। ਪਰ ਇਹ ਮੈਂ ਕਰੂੰਗਾ ਉਸ ਕਿ ਜੇ ਮੇਰੇ ਕੋਲ ਗੱਲ ਨਾ ਹੋਈ, ਮੰਮੀ ਆਹ ਵੀਡੀਓ ਦੇਖ ਲੈਣ, ਅਤੇ ਹਾਂ ਫਿਰ ਥੋੜ੍ਹੇ ਸ਼ਾਇਦ ਸੈੱਟ ਹੋ ਜਾਣ ਕਿ ਹਾਂ ਠੀਕ ਆ ਯਾਰ, ਉਹਨੇ ਵੀ ਕੁਛ ਸੋਚ ਕੇ ਕੀਤਾ। ਮੈਂ ਤਾਂ ਕਮਾਉਣਾ ਪਿਆ, ਮੈਂ ਤੁਹਾਡੇ ਲਈ ਕਮਾਉਣਾ ਪਿਆ, ਉਹਦਾ ਕੀ ਫਾਇਦਾ ਕਿ ਇੱਥੇ ਆ ਕੇ ਇੰਨਾ ਮਤਲਬ ਘਰੋਂ ਦੂਰ ਰਹਿ ਕੇ ਫਿਰ ਇੰਨਾ ਕਮਾ ਕੇ ਫਿਰ ਮੈਂ ਇਹੀ ਕਰਾਂ ਕਿ ਘਰ ਦੇ ਕੀ ਯਾਰ, ਮਾਤਾ ਮੇਰੀ ਉਹੀ ਕੰਮ ਕਰੇ, ਇਹੀ ਕੰਮ ਥੋੜ੍ਹੀ ਕਰਦੇ ਰਹਿਣੇ। ਛੁੱਟੀ ਆ, ਇੰਜੋਏ ਕਰੋ, ਮੈਂ ਵੀ ਚਾਹੁੰਦਾ ਮੇਰੀ ਮੰਮੀ ਵੀ ਬਾਕੀ ਵਾਂਗੂ ਘੁੰਮਣ ਫਿਰਨ ਜਾਵੇ, ਜਿੱਦਾਂ ਬਾਕੀ ਸਾਰੇ ਜਾਂਦੇ ਆ ਮਤਲਬ ਹਰ ਵੀਕਐਂਡ ਇੰਜੋਏ ਕਰਨ, ਬਾਹਰ ਰੋਟੀ ਖਾਣ ਜਾਂਦੇ, ਤੁਹਾਨੂੰ ਵੀ ਪਤਾ ਸਾਰੇ ਜਾਂਦੇ ਆ, ਤੁਸੀਂ ਕੁਛ ਨਹੀਂ ਜਾਂਦੇ, ਨਾ ਕਦੀ ਗਏ, ਤੁਹਾਨੂੰ ਪੜ੍ਹਾਇਆ ਲਿਖਾਇਆ ਸਾਰਾ ਕੁਛ ਕੀਤਾ। ਅਤੇ ਮੈਂ ਚਾਹੁੰਦਾ ਕਿ ਹੁਣ ਤੁਸੀਂ ਸੁਖੀ ਰਹੋ, ਮਤਲਬ ਸੁਖੀ ਨਹੀਂ, ਉੱਦਾਂ ਆਰਾਮ ਲਵੇ ਤੁਹਾਡੀ ਲਾਈਫ 'ਚ, ਸਾਰੀ ਉਮਰ ਕੰਮ ਨਹੀਂ ਕਰੀ ਜਾਣਾ, ਉੱਦਾਂ ਕੰਮ ਕਰੋ ਫੋਟੋ ਨਹੀਂ, ਪਰ ਇਹ ਵੀ ਨਹੀਂ ਥੋੜ੍ਹਾ ਤਾਂ ਸੌਖ ਹੋਵੇ ਯਾਰ, ਇਹ ਥੋੜ੍ਹੀ ਐਤਵਾਰ ਛੁੱਟੀ ਵੀ ਕੰਮ 'ਤੇ, ਐਵੇਂ ਨਹੀਂ ਆ ਜੀ। ਅਤੇ ਚਲੋ ਹੁਣ ਇੱਥੇ ਤੱਕ ਦੇਖ ਕੇ ਸ਼ਾਇਦ ਤੁਸੀਂ ਖੁਸ਼ ਹੋ ਗਏ ਹੋਵੋ, ਕਿ ਸਮਝ ਜਾਓ ਮੇਰੀ ਗੱਲ ਕਿ ਮੈਂ ਕਿਉਂ ਭੇਜੀ ਉਹ ਮਸ਼ੀਨ। ਬਸ ਮੈਂ ਤਾਂ ਰੱਖ ਲਈ ਹੋ ਯਾਰ, ਵਾਪਸ ਨਾ ਭੇਜੀ, ਬੜੇ ਉਹਨਾਂ ਚਾਣਾ ਭੇਜੀ ਮੈਂ ਆਪਦੀ ਪਹਿਲੀ ਸਹੇਲੀ 'ਚੋਂ, ਰੱਖ ਲਈ ਉਹ। ਚਲੋ ਗਾਈਸ, ਹੁਣ ਕੱਲ੍ਹ ਦੇਖਦੇ ਮੰਮੀ ਦਾ ਰਿਐਕਸ਼ਨ, ਉਹ ਵੀ ਆਪਾਂ ਰਿਕਾਰਡ ਕਰਕੇ ਵੀਡੀਓ 'ਚ ਪਾ ਦਾਂਗੇ, ਅਤੇ ਹੋ ਸਕਦਾ ਇਹ ਵੀਡੀਓ ਮੈਂ ਇਕੱਲੀ ਇਹ ਕਲਿੱਪ ਮਤਲਬ ਪਹਿਲਾਂ ਪੋਸਟ ਕਰ ਦੇਵਾਂ, ਅਤੇ ਉਹ ਵੀਡੀਓ ਪੂਰੀ ਬਾਅਦ 'ਚ ਪੋਸਟ ਕਰਾਂ।
ਕੁਛ ਵੀ ਹੋ ਸਕਦਾ। ਚਲੋ ਵੀ ਪੋਜ਼ੀਟਿਵ ਜੈ ਮਾਤਾ ਦੀ, ਕੁਛ ਨਹੀਂ ਹੁੰਦਾ, ਮਾਤਾ ਰੱਖ ਲੈਣੀ ਹੈ, ਮਾਤਾ ਸਮਝ ਜਾਂਦੀ ਹੈ ਮੇਰੀ ਗੱਲ, ਦੀਪਿਕਾ ਨਾਲ ਬਹੁਤ ਮੈਸ ਹੁੰਦੀ ਹੈ। ਨਹੀਂ ਉੱਦਾਂ ਉਹ ਵੀ ਵਧੀਆ ਸਮਝ ਜਾਂਦੀ, ਪਰ ਉਹ ਥੋੜ੍ਹੀ ਮਾਤਾ ਜ਼ਿਆਦਾ ਛੇਤੀ ਸਮਝ ਜਾਂਦੇ ਆ। ਮਾਤਾ ਨਾਲ ਡਾਇਰੈਕਟਲੀ ਮੇਰੀ ਗੱਲ ਨਹੀਂ ਹੋਈ, ਮਾਤਾ ਕੰਮ ਕਰਦੇ ਪਏ ਸੀ ਕੋਈ, ਅਤੇ ਯਾਰ ਮਾਤਾ ਨੇ ਆਹ ਵੀਡੀਓ ਦੇਖ ਲੈਣੀ, ਮਾਤਾ ਖੁਸ਼ ਆ, ਸਹੀ ਆ, ਵਧੀਆ, ਮੈਂ ਵੀ ਖੁਸ਼ ਹਾਂ, ਚਿੱਲ ਆ, ਟੈਨਸ਼ਨ ਨਹੀਂ ਕੋਈ, ਸਹੀ ਆ, ਠੀਕ ਆ, ਹੁਣ ਰੱਖ ਲਈ, ਵਾਪਸ ਨਹੀਂ ਜਾਣੀ ਚਾਹੀਦੀ, ਠੀਕ ਆ, ਚੰਗਾ, ਬਾਏ ਬਾਏ, ਮਿਲਦੇ ਬਾਅਦ 'ਚ।